ਸਾਤਸਰੀય ਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਕੈਨੇਡਾ ਤੋਂ ਪ੍ਰੋਫੈਸਰ ਜਗਰੂਪ ਸਿੰਘ ਸੇਖੋ ਮੌਜੂਦ ਨੇ ਕੁਝ ਅਹਿਮ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਥੈਂਕ ਯੂ ਸ਼ੁਕਰੀਆ ਅੱਜ ਗੱਲਬਾਤ ਅਸੀਂ ਸ਼ੁਰੂ ਕਰਾਂਗੇ ਪੰਜਾਬ ਤੇ ਮੁਲਕ ਦੀ ਸਿਆਸਤ ਤੋਂ ਤੇ ਨਾਲੋ ਨਾਲ ਕੈਨੇਡਾ ਦੇ ਵਿੱਚ ਪੰਜਾਬ ਦੇ ਹਲਾਪਾ ਨੂੰ ਲੈ ਕੇ ਕਿੱਦਾਂ ਦੀ ਚਰਚਾ ਹੈ ਤੇ ਜਿਸ ਤਰੀਕੇ ਨਾਲ ਸਟੂਡੈਂਟਸ ਦੇ ਮਾਮਲੇ ਵਿੱਚ ਬ੍ਰਿਜੇਸ਼ ਮੇਸ਼ਰਾ ਜਿਹੜਾ ਏਜੰਟ ਸੀਗਾ ਉਹਨੂੰ ਹੀ ਗ੍ਰਿਫਤਾਰੀ ਹੋਈ ਹੈ ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਜਾਂ ਉਹਦੀ ਇੱਥੇ ਪੰਜਾਬ 'ਚ ਗ੍ਰਿਫਤਾਰੀ ਕਿਉਂ ਨਹੀਂ ਹੋ ਸਕੀ ਇਹ ਵੀ ਆਪਣੇ ਆਪ 'ਚ ਇੱਕ ਬੜਾ ਸਵਾਲ ਖੜਾ ਹੁੰਦਾ ਹੈ ਇਹਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਨਾਲੋਂ ਨਾਲ ਪਹਿਲਾਂ ਗੱਲਬਾਤ ਤੋਂ ਪ੍ਰੋਫੈਸਰ ਸਾਹਿਬ ਇੱਥੋਂ ਸ਼ੁਰੂ ਕਰਦੇ ਆ ਕਿ ਕੇਂਦਰੀ ਰਾਜ ਮਾਫ ਕਰਨਾ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਚੰਡੀਗੜ੍ਹ ਆਏ ਸੀ ਪੰਜਾਬ ਦੀ ਰਾਜਧਾਨੀ ਹੈ ਉੱਥੇ ਆ ਕੇ ਕੋਈ ਪੰਜਾਬ ਤੇ ਚੰਡੀਗੜ੍ਹ ਜਾਂ ਪਾਣੀਆਂ ਦਾ ਮਸਲਾ ਜਾਂ ਪੰਜਾਬ ਦੇ ਹੋਰ ਜਿਹੜੇ ਬਿਹਤ ਗੰਭੀਰ ਮਸਲੇ ਨੇ ਬੀਬੀ ਐਮਬੀ ਨੂੰ ਲੈ ਕੇ ਜਾਂ ਕੇਂਦਰ ਤੋਂ ਫੰਡਾਂ ਦੀ ਗੱਲ ਉਹ ਕੁਝ ਤਾਂ ਉਹਨਾਂ ਨੇ ਕਿਹਾ ਨਹੀਂ ਪਰ ਉਹਨਾਂ ਨੇ ਆ ਕੇ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਚਿੰਤਾਜਨਕ ਬਣੇ ਹੋਏ ਨੇ ਨਜ਼ਰ ਤਾਂ ਸਾਰਿਆਂ ਨੂੰ ਆਉਂਦਾ ਬਟਾਲੇ ਦੇ ਵਿੱਚ ਸ਼ਿਵ ਸੈਨਾ ਦੇ ਇੱਕ ਆਗੂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਦਿਨ ਦਿਹਾੜੇ ਆ ਕੇ ਉਹਦਾ ਮੁੰਡਾ ਤੇ ਉਹਦਾ ਭਰਾ ਵੀ ਨਾਲ ਸੀਗਾ ਤੇ ਹੋਰ ਵੀ ਬੜੀਆਂ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਸਾਡੇ ਸਾਹਮਣੇ ਵਾਪਰ ਰਹੀਆਂ ਹਨ ਰੋਜ਼ ਸਾਨੂੰ ਨਜ਼ਰ ਆਉਂਦੀਆਂ ਨੇ ਲੁੱਟਾ ਖੋਹਾ ਕਤਲੇਆਮ ਇਹ ਸਾਰਾ ਕੁਝ ਚੱਲ ਰਿਹਾ ਪਰ ਉਹਨਾਂ ਨੂੰ ਸਵਾਲ ਅੱਗੋਂ ਆਮ ਆਦਮੀ ਪਾਰਟੀ ਵਾਲਿਆਂ ਨੇ ਪੁੱਛ ਲਿਆ ਕਿ ਤੁਸੀਂ ਪਹਿਲਾਂ ਇਹ ਦੱਸੋ ਕਿ ਮਣੀਪੁਰ ਦੇ ਵਿੱਚ ਕੀ ਵਾਪਰ ਰਿਹਾ ਆ ਤੁਸੀਂ ਇਹ ਦੱਸੋ ਕਿ ਮੁਲਕ ਭਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਘੱਟ ਗਿਣਤੀਆਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਇਸ ਤਰ੍ਹਾਂ ਐਦਾਂ ਲੱਗਦਾ ਕਿ ਜਿਹੜਾ ਅਸਲ ਮੁੱਦਾ ਹੈ ਉਹ ਤੋਂ ਧਿਆਨ ਹਟਾ ਕੇ ਹਾਲਾਤਾਂ ਦੇ ਉੱਤੇ ਗੱਲ ਲਿਆ ਕੇ ਨਵੇੜੇ ਉਹ ਅਨਫਾਰਚੂਨੇਟ ਆ ਇਹ ਜਿਹੜੀ ਇਸ ਕਿਸਮ ਦੀ ਰਾਜਨੀਤੀ ਆ ਜਿਹੜੀਆਂ ਖਾਸ ਕਰਕੇ ਚਾਹ ਕੇਂਦਰ ਦੀ ਤੇ ਖਾਸ ਕਰਕੇ ਜਾਂ ਹੋਰ ਵੀ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਪਲੇ ਕਰਦੀਆਂ ਇਹ ਬਹੁਤ ਕਨਵੀਨੀਅੰਟ ਗੱਲ ਹੋ ਜਾਂਦੀ ਆ ਕਿ ਰਾਜਨਾਥ ਸਿੰਘ ਇੱਥੇ ਆਏ ਵਰਦਾ ਤੇ ਇਹ ਸੀਗਾ ਕਿ ਉਹ ਜਿਹੜੀ ਦੇਸ਼ ਦੀ ਡਿਫੈਂਸ ਪਾਲਿਸੀ ਹੈਗੀ ਆ ਜਾਂ ਜਿਹੜੇ ਡਿਫੈਂਸ ਦੇ ਮਸਲੇ ਹੈਗੇ ਆ ਜਾਂ ਜਿਹੜਾ ਦੇਸ਼ ਦੇ ਨਾਲ ਜਿਹੜਾ ਚਾਈਨਾ ਦੇ ਪ੍ਰਤੀ ਉਹਨਾਂ ਦਾ ਪਹਿਲੇ ਸਮੇਂ ਰਿਸਪੌਂਸ ਰਿਹਾ ਜਾ ਇੰਡੀਆ ਪਾਕਿਸਤਾਨ ਦੇ ਵਿੱਚ ਜਿਸ ਕਿਸਮ ਦਾ ਮਿਲਟਰੀ ਸਟੈਂਡ ਆਫ ਹੋ ਰਿਹਾ ਵਾ ਇਹਨਾਂ ਮੁੱਦਿਆਂ ਤੇ ਤੇ ਗੱਲ ਕਰਦੇ ਪਰ ਸਾਡੀ ਸਮੱਸਿਆ ਇਹ ਹੋ ਗਈ ਆ ਕਿ ਜਿਹੜੇ ਮੁੱਦਿਆਂ ਦੇ ਉੱਤੇ ਜਾਂ ਜਿਹੜੇ ਵਿਸ਼ਿਆਂ ਦੇ ਉੱਤੇ ਕੋਈ ਵੀ ਮੰਤਰੀ ਹੁੰਦਾ ਵਾ ਉਹ ਉਹਦੀ ਗੱਲ ਛੱਡ ਕੇ ਜਿਹੜੀ ਹੋਰ ਗੱਲ ਕਰਦਾ ਜਿਹੜੀ ਬਹੁਤ ਕਨਵੀਨੀਅੰਟ ਹੁੰਦੀ ਆ ਇਹ ਬੜਾ ਸੌਖਾ ਅੱਜ ਕੱਲ ਇਹ ਕਹਿ ਦੇਣਾ ਕਿ ਲਾ ਐਂਡ ਆਰਡਰ ਜਿਹੜਾ ਹੈਗਾ ਉਹ ਠੀਕ ਨਹੀਂ ਹੈਗੀ ਇਹ ਬਹੁਤ ਬਲ ਆਮ ਫੈਸ਼ਨ ਬਣ ਗਿਆ ਜ ਜਨਨੂ ਇਹ ਪੁੱਛੇ ਵੀ ਜਿੰਨਾ ਸਟੇਟਾਂ ਦੇ ਵਿੱਚ ਬੀਜੇਪੀ ਰੂਟ ਸਟੇਟ ਹੈਗੀ ਆ ਤੁਸੀਂ ਯੂਪੀ ਦੀ ਐਗਜ਼ਾਮਪਲ ਅੱਗੇ ਵੇਖ ਲਓ ਇਸੇ ਦੀ ਮਨੀ ਤੁਸੀਂ ਮਨੀਪੁਰ ਦੀ ਗੱਲ ਤਾਂ ਕਰ ਹੀ ਦਿੱਤੀ ਇਸੇ ਤਰੀਕੇ ਦੇ ਨਾਲ ਤੁਸੀਂ ਹਰਿਆਣੇ ਦੇ ਵਿੱਚ ਦੇਖ ਲਓ ਗੜਗਾਉਂ ਚ ਕੀ ਵਾਪਰਿਆ ਇਸੇ ਤਰੀਕੇ ਨਾਲ ਵਿਧਿਆਪਰਦੇਸ਼ ਦੇ ਦਿਨ ਦਿਹਾੜੇ ਕੀ ਹੋ ਰਿਹਾ ਉਹਦੇ ਵਿੱਚੋਂ ਗੁਜਰਾਤ ਦੇ ਵਿੱਚ ਕਿਸ ਕਿਸਮ ਦੇ ਹਾਲਾਤ ਤੁਸੀਂ ਪਿਛਲੇ ਸਮੇਂ ਦੇਖਿਆ ਹੁੰਦਾ ਵੀ ਕਿਸ ਤਰੀਕੇ ਨਾਲ ਇੱਕ ਦਲਤ ਭਾਈਚਾਰੇ ਦੇ ਜਿਹੜੇ ਆਮ ਤੌਰ ਤੇ ਲੋਕਾਂ ਦੇ ਨਾਲ ਇਹ ਕੀਤਾ ਜਾਂਦਾ ਕਹਿੰਦੇ ਭਾਵੇਂ ਕਿ ਇਹ ਬੜੀ ਇਰ ਰੈਲੇਵੈਂਟ ਹੋ ਗਈ ਆ ਲੋਕਾਂ ਵਾਸਤੇ ਜਿਹੜੀ ਮੌਜੂਦਾ ਰਾਜਨੀਤੀ ਆ ਕਿ ਜਿਹੜੇ ਕੋਰ ਇਸ਼ੂ ਆ ਕੋਰ ਮੁੱਦੇ ਹੈਗੇ ਆ ਚਾਹ ਲੋਕਾਂ ਦੇ ਮੁੱਦੇ ਆ ਚਾਹ ਦੇਸ਼ ਦੇ ਮੁੱਦੇ ਆ ਚਾਹ ਸਮਾਜ ਦੇ ਮੁੱਦੇ ਤੋਂ ਹਟਾ ਕੇ ਇਦਾਂ ਦੀਆਂ ਪੋਲਿਟਿਕਲ ਸਟੇਟਮੈਂਟ ਦੇ ਦੇਣੀਆਂ ਔਰ ਇੱਕ ਦੂਜੇ ਦੇ ਉੱਤੇ ਜਿਹੜਾ ਹੈਗਾ ਵਾ ਊਲ ਜਲੂਲ ਜਿਹੜੇ ਉਹ ਦੋਸ਼ ਲਾ ਦੇ ਇਫੈਕਟ ਹੈਗਾ ਕਿ ਲਾ ਇਨ ਆਰਡਰ ਦੀ ਸਿਰਫ ਪੰਜਾਬ ਚ ਹਾਲਤ ਮਾੜੀ ਨਹੀਂ ਸਾਰੇ ਦੇਸ਼ 'ਚ ਮਾੜੀ ਆ ਤੁਸੀਂ ਦੇਖੋ ਕਿਹੇ ਪਾਸੇ ਜਾ ਕੇ ਦੇਖ ਲਓ ਤੁਸੀਂ ਉੱਥੇ ਮੈਂ ਕਿਹਾ ਥੋੜਾ ਸਦਰਨ ਸਟੇਟਸ ਨੂੰ ਆਪਾਂ ਛੱਡ ਦਈਏ ਤੇ ਉਹਦੇ ਤੋਂ ਛੱਡ ਕੇ ਜਿਹੜੀਆਂ ਖਾਸ ਕਰਕੇ ਹਿੰਦੀ ਹਾਰਟਲੈਂਡਾਂ ਜਿਹੜੀਆਂ ਫਾਰਮਰ ਜਾਂ ਬਿਮਾਰੂ ਸਟੇਟ ਹੁੰਦੀਆਂ ਸੀਗੀਆਂ ਉਹਦੇ ਹਾਲ ਤਾਂ ਬਹੁਤ ਮਾੜੇ ਆ ਪਰ ਇਹ ਜ਼ਰੂਰ ਹੈਗਾ ਕਿ ਕੋਈ ਤੁਸੀਂ ਆਏ ਜੋ ਆਪਣੇ ਪਾਰਟੀ ਦੇ ਜਿਹੜੇ ਕਾਰਕੁਨ ਹੈਗੇ ਆ ਜਾਂ ਪਾਰਟੀ ਦੇ ਜਿਹੜੇ ਉਥੇ ਲੋਕਲ ਲੀਡਰ ਹੈਗੇ ਉਹਨਾਂ ਨੂੰ ਖੁਸ਼ ਕਿੱਦਾਂ ਕਰ ਸਕਦੇ ਹੋ ਉਹਨਾਂ ਨੂੰ ਕੋਈ ਤਾਂ ਤਾਂ ਹੀ ਕਰ ਸਕਦੇ ਆ ਨਾ ਜੇ ਤੁਸੀਂ ਬਲੇਮ ਗੇਮ ਦੇ ਵਿੱਚ ਪੈ ਜਾਓ ਜੇ ਕਿਤੇ ਜੇ ਤਾਂ ਡਾਟੇ ਨਾਲ ਗੱਲ ਕਰਦੇ ਕਿ ਦੇਖੋ ਜੀ ਜਿਹੜਾ ਖਾਸ ਕਰਕੇ ਕ੍ਰਾਈਮ ਰੇਟ ਹੈਗਾ ਨੈਸ਼ਨਲ ਐਵਰੇਜ ਹੀ ਹੈਗੀ ਆ ਸਟੇਟਾਂ ਦੀ ਐਵਰੇਜ ਹੀ ਹੈਗੀ ਆ ਬਣਦੀ ਤਾਂ ਗੱਲ ਇਹ ਬਣਦੀ ਆ ਜੇ ਪੰਜਾਬ ਦੇ ਵਿੱਚ ਇਸ ਕਿਸਮ ਦਾ ਕ੍ਰਾਈਮ ਹੋ ਰਿਹਾ ਵਾ ਜਾਂ ਇਸ ਕਿਸਮ ਦੀ ਜਿਹੜੀ ਜਿਹੜੀ ਉਹਨਾਂ ਨੇ ਗੱਲ ਕੀਤੀ ਲੈਂਡ ਆਰਡਰ ਦੀ ਗੱਲ ਕੀਤੀ ਆ ਫਿਰ ਤਾਂ ਇਹ ਕੋਈ ਲੌਜੀਕ ਬਣਦਾ ਮੈਨੂੰ ਲੱਗਦਾ ਕਿ ਪੋਲੀਟਿਕਲ ਸਟੇਟਮੈਂਟ ਹੈਗੀ ਆ ਉਹ ਆਈਸੀ ਦੇ ਕੇ ਚਲੇ ਗਏ ਅਖਬਾਰਾਂ ਨੇ ਚੁੱਕ ਲਈ ਤੁਸੀਂ ਅਸੀਂ ਗੱਲ ਕਰਦੇ ਆ ਇਹ ਇਹ ਕੋਈ ਬਹੁਤ ਜ਼ਿਆਦਾ ਇੱਕ 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 ਜ਼ਿੰਮੇਵਾਰ ਖਾਸ ਕਰਕੇ ਦੇਸ਼ ਦੇ ਜਿਹੜੇ ਆਪਣੇ ਰੱਖਿਆ ਮੰਤਰੀ ਹੈਗੀ ਆ ਉਹਨਾਂ ਲਈ ਇਸ ਕਿਸਮ ਦੀ ਪੋਲੀਟਿਕਲ ਸਟੇਟਮੈਂਟ ਔਰ ਖਾਸ ਕਰਕੇ ਇੱਕ ਸਟੇਟ ਪ੍ਰਤੀ ਪੋਲੀਟਿਕਲ ਸਟੇਟਮੈਂਟ ਜਿਹੜੀ ਹੈਗੀ ਆ ਉਹ ਕੋਈ ਬਹੁਤ ਜ਼ਿਆਦਾ ਅਸ਼ੋਭਾ ਨਹੀਂ ਦਿੰਦੀ ਇਹਦੇ ਉੱਤੇ ਵੀ ਸਾਡੀ ਜਿਹੜੀ ਰਾਜਨੀਤੀ ਆ ਉਹਦਾ ਜਿਹੜਾ ਖਾਸ ਕਰਕੇ ਜਿਹੜਾ ਉਹਦਾ ਸਟੈਂਡਰਡ ਹੈਗਾ ਵਾ ਜਾਂ ਰਾਜਨੀਤੀ ਦਾ ਕਿਰਦਾਰ ਜਿਹੜਾ ਵਾ ਮੈਂ ਕਿਹਾ ਉਹ ਸਮਝ ਜਿਹੜਾ ਜਿਹੜਾ ਵਾ ਬਹੁਤ ਆਸਾਨ ਹੋ ਜਾਂਦਾ ਮੈਂ ਨਹੀਂ ਕਹਿਣਾ ਕਿ ਪੰਜਾਬ ਦੇ ਵਿੱਚ ਸਮੱਸਿਆ ਨਹੀਂ ਹੈਗੀ ਜਾਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਮੱਸਿਆ ਨਹੀਂ ਹੈਗੀ ਉਹਦੇ ਬਹੁਤ ਸਾਰੇ ਕਾਰਨ ਹੈਗੇ ਇਸੇ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੇ ਇਸ ਸਰਕਾਰ ਨੂੰ ਸਮੱਸਿਆ ਪਹਿਲਾਂ ਵੀ ਹੁੰਦੀ ਸੀ ਅਕਾਲੀਆਂ ਵਾਲੇ ਵੀ ਹੁੰਦੀ ਸੀ ਕਾਂਗਸ ਵਾਲੇ ਵੀ ਹੁੰਦੀ ਸੀ ਸਾਰਾ ਕੁਝ ਚੱਲਦਾ ਸੀਗਾ ਪੰਜਾਬ ਦੇ ਲੋਕਾਂ ਨੇ ਉਹਨਾਂ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਨੂੰ ਇਹ ਦਿੱਤਾ ਸੀ ਵੀ ਭਾਈ ਤੁਸੀਂ ਸਾਰਾ ਧਿਆਨ ਜਿਹੜਾ ਹੈਗਾ ਪੰਜਾਬ ਦੇ ਉੱਤੇ ਕੇਂਦਰਿਤ ਕਰੋ ਤੁਸੀਂ ਆਹ ਬੜੀ ਸਾਰੀ એનર્ਜੀ ਇਹਦੇ ਉੱਤੇ ਲਾਓ ਤੁਹਾਡੇ ਜਿੰਨੇ ਵੀ ਮੈਨ ਐਂਡ ਮਟੀਰੀਅਲ ਰਿਸੋਰਸਸ ਹੈਗੇ ਆ ਉਹ ਤੁਸੀਂ ਕਿਉਂਕਿ ਪੰਜਾਬ ਦੇ ਵਿੱਚ ਇਸ ਕਿਸਮ ਦਾ ਜਿਹੜਾ ਖਾਸ ਕਰਕੇ ਗਵਰਨੈਂਸ ਕਾਰਨੀ ਕੋਈ ਬਹੁਤ ਵੱਡੀ ਜਿਹੜੀ ਹੈਗੀ ਆ ਮੁਸੀਬਤ ਨਹੀਂ ਹੈ ਕਿਉਂਕਿ ਪੰਜਾਬ ਦੇ ਲੋਕ ਸਰਕਾਰ ਦੇ ਨਾਲ ਜਿਹੜੇ ਸੀ ਬਹੁਤ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀਗੇ ਉਹਨਾਂ ਨੂੰ ਕੌਨਫੀਡੈਂਸ ਲੈ ਕੇ ਉਹਨਾਂ ਦੀ ਇਨਵੋਲਵਮੈਂਟ ਕਰਕੇ ਜਾਂ ਇਸ ਕਿਸਮ ਦੇ ਜਿਹੜੇ ਪੈਟੀ ਕ੍ਰਾਈਮਸ ਹੈਗੇ ਆ ਜਿੱਦਾਂ ਗੋਲੀ ਚੱਲਣੀ ਹੈਗੀ ਆ ਇਹ ਲਾਰਡ ਨਾ ਦਾ ਵੱਡਾ ਮਸਲਾ ਹੈਗਾ ਉਹ ਕਿੱਥੇ ਲੋਕ ਚਲੇ ਗਏ ਕਿਉਂ ਨਹੀਂ ਲੋਕੀ ਧਿਰ ਬਣੇ ਪਿਓ ਜਿਹੜੇ ਗੋਲੀ ਚਲਾਉਣ ਵਾਲੇ ਪਹਿਲੀ ਗੱਲ ਤਾਂ ਹਿੰਮਤ ਨਾ ਕਰਦੇ ਤੇ ਜੇ ਉਹਨਾਂ ਨੇ ਹਿੰਮਤ ਕੀਤੀ ਸੀ ਤੇ ਉਹਨਾਂ ਨੂੰ ਲੱਗਦਾ ਲੋਕਾਂ ਕਿ ਅਸੀਂ ਸਰਕਾਰ ਦਾ ਸਾਥ ਦੇਣਾ ਵਾ ਇਹ ਗੋਲੀ ਚਲਾਉਣ ਵਾਲਿਆਂ ਨੂੰ ਅਸੀਂ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਫੜਾਉਣ ਦੇ ਸਰਕਾਰ ਦੀ ਮਤ ਕਰੀਏ ਪਰ ਇੱਥੇ ਵੀ ਗੱਲ ਹੋ ਹੈਗੀ ਆ ਕਿ ਸਰਕਾਰ ਦਾ ਵੀ ਚੱਲਣ ਦਾ ਤੁਹਾਨੂੰ ਜਿਆਦਾ ਪਤਾ ਹੈਗਾ ਕਿ ਉਹ ਵੀ ਇਸ ਕਿਸਮ ਦੀ ਰਾਜਨੀਤੀ ਜਿਹੜੀ ਆ ਉਹ ਖੇਡਦੇ ਆ ਬਲੇਮ ਗੇਮ ਹੈਗੇ ਆ ਉਹ ਦੂਸਰੇ ਦੇ ਸਿਰ ਤੇ ਪਾਉਂਦੇ ਆ ਪਹਿਲੇ ਸਰਕਾਰਾਂ ਦੇ ਸਿਰ ਤੇ ਪਾਉਂਦੇ ਆ ਹੋਰ ਨਾ ਲੋਕਾਂ ਦੇ ਸਿਰ ਤੇ ਪਾਉਂਦੇ ਆ ਤੋਂ ਇਸ ਕਰਕੇ ਇਹ ਇੱਕ ਗੱਲ ਤਾਂ ਜਿਹੜੀ ਲੋਕਾਂ ਦੇ ਹਿੱਤ ਨਹੀਂ ਹੈ ਮੇਰਾ ਕਹਿਣ ਤੋਂ ਪਾ ਹੈਗਾ ਕਿ ਇਹਦੇ ਨਾਲ ਲੋਕਾਂ ਦਾ ਹਿੱਤ ਸਰਵ ਨਹੀਂ ਹੁੰਦਾ ਲੋਕਾਂ ਦੇ ਜਿਹੜੇ ਇੰਟਰਸਟ ਹੈਗੇ ਆ ਲੋਕਾਂ ਦੇ ਜਿਹੜੇ ਮੁੱਦੇ ਹੈਗੇ ਆ ਉਹਦੇ ਉੱਤੇ ਅਟੈਂਸ਼ਨ ਜਿਹੜੀ ਹੁੰਦੀ ਆ ਉਹ ਡਿਵਰਟ ਹੋ ਜਾਂਦੀ ਆ ਤੇ ਇਸ ਕਰਕੇ ਅਲਟੀਮੇਟਲੀ ਜਿਹੜੇ ਲੂਜ਼ਰ ਹੁੰਦੇ ਆ ਉਹ ਤਾਂ ਲੋਕ ਹੀ ਹੁੰਦੇ ਆ ਇਹਦੇ ਵਿੱਚ ਦਿਲਚਸਪ ਗੱਲ ਇਹ ਆ ਕਿ ਜਿਵੇਂ ਭਾਜਪਾ ਪੰਜਾਬ ਦੀ ਲਗਾਤਾਰ ਘੇਰਾਬੰਦੀ ਕਰ ਰਹੀ ਹੈ ਦੇਖੋ ਰਾਜਨਾਥ ਸਿੰਘ ਚੰਡੀਗੜ੍ਹ ਆਏ ਜਿਹੜੇ ਕਾਨੂੰਨ ਮੰਤਰੀ ਨੇ ਉਹ ਅੰਮ੍ਰਿਤਸਰ ਦਾ ਦੌਰਾ ਕਰ ਰਹੇ ਨੇ ਇਸ ਤਰੀਕੇ ਨਾਲ ਬਹੁਤ ਵੱਡੀਆਂ-ਵੱਡੀਆਂ ਰੈਲੀਆਂ ਪਿਛਲੇ ਦਿਨਾਂ 'ਚ ਦੇਖਣ ਨੂੰ ਮਿਲ ਰਹੀਆਂ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਕੇਂਦਰੀ ਮੰਤਰੀ ਮੰਡਲ ਦੇ ਵਿੱਚੋਂ ਵੱਡੇ-ਵੱਡੇ ਚਿਹਰੇ ਇੱਥੇ ਆ ਕੇ ਉਹਨਾਂ ਨੂੰ ਹਲਕ ਕੇ ਪੰਜਾਬ ਦੇ ਵਿੱਚ ਕੋਈ ਬਹੁਤਾ ਭਾਵੇਂ ਨਾ ਜਾਣੇ ਪਰ ਇੱਕ ਛਾਪ ਛੱਡ ਦਿੱਤੀ ਜਾਂਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਆਪਣੇ ਪੈਰ ਬਣ ਰਹੇ ਹਾਂ ਨਾਲ ਉਹਨਾਂ ਦੇ ਦਿਲ ਦੀਆਂ ਗੱਲਾਂ ਜਿਹੜੀਆਂ ਉਹ ਅਕਾਲੀ ਦਲ ਦੇ ਨਾਲ ਵੀ ਹੋ ਰਹੀਆਂ ਤਾਂ ਫਿਰ ਇਹ ਸਭ ਤੋਂ ਕੀ ਸਮਝਿਆ ਜਾਏ ਕਿ 2024 ਦੀ ਸਿਆਸਤ ਕੁਝ ਬਕਰੀ ਹੋਈ ਕਿ ਉਹ ਕਹਿੰਦੇ ਕਿ ਐਨਡੀਏ ਤੋਂ ਭਾਈਵਾਲ ਜਿਹੜਾ ਵੀ ਟੁੱਟਦਾ ਆ ਅਸੀਂ ਦਿਲੋਂ ਨਹੀਂ ਵੱਖ ਹੁੰਦੇ ਮਤਲਬ ਇਹ ਵੀ ਆ ਕਿ ਜੇ ਅਸੀਂ ਮਹਾਰਾਸ਼ਟਰ ਨਾਲ ਪਿਆਰ ਮਾਰ ਲਈਏ ਉੱਥੇ ਵੀ ਇਹੋ ਜਿਹਾ ਕੁਝ ਸਮਝਿਆ ਜਾਵੇ ਕਿ ਸ਼ਿਵ ਸੈਨਾ ਦੇ ਉਧਰ ਠਾਕਰੇ ਨਾਲ ਕੁਝ ਨਾ ਕੁਝ ਇਹੋ ਜਿਹਾ ਹੋ ਸਕਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਕਿਤੇ ਵੀ ਜਿੱਥੇ ਵੀ ਇਹਨਾਂ ਨਾਲੋਂ ਐਨਡੀਏ ਦੇ ਭਾਈਵਾਲ ਟੁੱਟਦੇ ਨੇ ਪਰ ਮੈਂ ਇਹਦੇ ਨਾਲ ਇਹ ਵੀ ਜੋੜ ਦੇ ਮੈਂ ਕੱਲ ਇੱਕ ਰਿਪੋਰਟ ਪੜ੍ਹ ਰਿਆ ਸੀਗਾ ਕਹਿੰਦੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਐਨਡੀਏ ਤੋਂ ਉਹਨਾਂ ਦੇ ਭਾਈਵਾਲ ਦੂਰ ਹੁੰਦੇ ਜਾ ਰਹੇ ਨੇ ਤੇ ਇਹਦਾ ਖਮਿਆਜ਼ਾ ਇਹਨਾਂ ਨੂੰ 2024 ਵਿੱਚ ਭੁਗਤਣਾ ਪੈਣਾ ਸਕੰਦਰ ਜੀ ਇਸ ਦੇਸ਼ ਦੀ ਰਾਜਨੀਤੀ ਇੰਨੀ ਵਿਚਿੱਤਰ ਹੈਗੀ ਯਾਰ ਕਿ ਇੱਕ ਸਟੇਟ ਦੀ ਰਾਜਨੀਤੀ ਜਿਹੜੀ ਹੈਗੀ ਉਹ ਦੂਸਰੀ ਸਟੇਟ ਦੀ ਰਾਜਨੀਤੀ ਨਾਲੋਂ ਬਿਲਕੁਲ ਡਿਫਰੈਂਟ ਹੈਗੀ ਤੁਸੀਂ ਮਹਾਰਾਸ਼ਟਰ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਵਿੱਚ ਸਿਮਿਲਰਿਟੀਆਂ ਹੈਗੀਆਂ ਪਰ ਡਿਸਿਮਿਲਰਿਟੀਆਂ ਬਹੁਤ ਹੈਗੀਆਂ ਜਿਵੇਂ ਪੰਜਾਬ ਦੀ ਰਾਜਨੀਤੀ ਹੈਗੀ ਉਹ ਹਰਿਆਣੇ ਦੀ ਰਾਜਨੀਤੀ ਨਹੀਂ ਹੈ ਉਹ ਤੋਂ ਵੱਖਰੀ ਹਰਿਆਣੇ ਵਾਲੀ ਜਿਹੜੀ ਆ ਉਹ ਹਿਮਾਚਲ ਤੋਂ ਵੱਖਰੀ ਆ ਕਿਤੇ ਬਾਈ ਪਾਰਟੀ ਆ ਹਾਂ ਇਹ ਗੱਲ ਜ਼ਰੂਰ ਹੈਗੀ ਸੀ ਅਕਾਲੀ ਦਲ ਬਹੁਤ ਵੀਕ ਹੋ ਚੁੱਕਾ ਹੈ ਅਕਾਲੀ ਦਲ ਦਾ ਜਿਹੜਾ ਢਾਂਚਾगत ਸੰਕਟ ਜਿਹੜਾ ਬਹੁਤ ਜ਼ਿਆਦਾ ਹੈਗਾ ਅਕਾਲੀ ਦਲ 'ਚ ਮੈਨੂੰ ਲੱਗਦਾ ਵੀ ਹੋਪਲੈਸਨੈਸ ਬਹੁਤ ਜ਼ਿਆਦੀ ਦਿਖਾਈ ਦਿੰਦੀ ਆ ਜਾਂ ਅਕਾਲੀ ਦਲ ਚਾਰੇ ਪਾਸਿਓਂ ਘਿਰਿਆ ਹੋਇਆ ਵਾ ਖਾਸ ਕਰਕੇ ਵੱਡੇ ਵੱਡੇ ਸਵਾਲ ਉਹਦੀ ਲੀਡਰਸ਼ਿਪ ਤੇ ਉੱਠ ਰਹੇ ਆ ਔਰ ਪਹਿਲੀ ਵਾਰੀ ਹੋਇਆ ਕਿ ਉਹਨਾਂ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਬੈਕਫੁੱਟ ਤੇ ਜਾਣਾ ਪਿਆ ਰਿਹਾ ਹਰਿਆਣਾ ਦੇ ਵਿੱਚ ਨਵੀਂ ਕਮੇਟੀ ਬਣ ਗਈ ਆ ਔਰ ਜਿਸ ਤਰੀਕੇ ਨਾਲ ਪਹਿਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਸ਼੍ਰੋਮਣੀ ਕਮੇਟੀ ਦੀ ਵਰਕਿੰਗ ਹੋਈ ਆ ਜਾਂ ਅਕਾਲ ਤਖਤ ਦੇ ਜਥੇਦਾਰ ਦੀ ਜਿਹੜੀ ਅਪੁਆਇੰਟਮ ਇਹ ਕਿੰਨਾ ਹਾਲਾਤਾਂ ਦੇ ਵਿੱਚ ਉਹ ਯਾ ਅਲਟੀਮੇਟਲੀ ਇਹ ਇਹਦਾ ਇਹਨਾਂ ਡਿਸਐਡਵਾਂਟੇਜ ਹੈਗਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹੈਗਾ ਭਾਜਪਾ ਨੂੰ ਇਹ ਤਾਂ ਪਤਾ ਹੈਗਾ ਕਿ ਜੇ ਅਸੀਂ ਇੱਥੇ ਅੱਗੇ ਵਧਣਾ ਵਾ ਹੋਰ ਕਿਹੜੀਆਂ ਦੋ ਤਰ੍ਹਾਂ ਹੈਗੀਆਂ ਵਾ ਇੱਕ ਧਿਰੇ ਦੇ ਵਿੱਚ ਹੈਗੀ ਆ ਆਮ ਆਦਮੀ ਪਾਰਟੀ ਆ ਦੂਸਰੀ ਧਿਰ ਕਾਂਗਰਸ ਹੈਗੀ ਹੈ ਕਾਂਗਰਸ ਦੀ 60 65% ਵੱਡੀ ਲੀਡਰਸ਼ਿਪ ਤਾਂ ਆਲਰੇਡੀ ਭਾਜਪਾ ਦੇ ਜਾ ਚੁੱਕੀ ਹੈ ਦੂਸਰੇ ਪਾਸੇ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਕਾਲੀ ਦਲ ਦੇ ਨਾਲ ਇਹ ਠੀਕ ਆ ਕਿ ਬੀਜੇਪੀ ਕੱਲੇ ਤੌਰ ਤੇ ਜਿਹੜਾ ਕੋਸ਼ਿਸ਼ ਬਹੁਤ ਕੀਤੀ ਬੀਜੇਪੀ ਕੋਲ ਰਿਸੋਰਸਸ ਬਹੁਤ ਹੈਗੇ ਆ ਮੈਨ ਮਟੀਰੀਅਲ ਰਿਸੋਰਸਸ ਹੈਗੇ ਪਰ ਬੀਜੇਪੀ ਨੈਸ਼ਨਲ ਲੈਵਲ ਤੇ ਵੀਕ ਹੋ ਰਹੀ ਆ ਬੀਜੇਪੀ ਦੀ ਨੈਸ਼ਨਲ ਲੈਵਲ ਤੇ ਕ੍ਰੈਡੀਬਿਲਟੀ ਤੇ ਉੱਤੇ ਸਵਾਲ ਉੱਠ ਰਿਹਾ ਬੀਜੇਪੀ ਨੂੰ ਤੁਸੀਂ ਦੇਖਿਆ ਕਰਨਾਟਕਾ ਦੀ ਇਲੈਕਸ਼ਨ ਤੋਂ ਬਾਅਦ ਉਹਦੇ ਇੰਟਰਨਲ ਜਿਹੜਾ ਹੈਗਾ ਵਾ ਉਹਦੇ ਵਿੱਚ ਸਵਾਲ ਉੱਠਣੇ ਸ਼ੁਰੂ ਹੋ ਗਏ ਆ ਔਰ ਇਹਦੇ ਨਾਲ ਨਾਲ ਖਾਸ ਕਰਕੇ ਮੈਂ ਫਿਰ ਉਹ ਰੈਫਰ ਦਊਂਗਾ ਜਿਹੜਾ ਸਟੇਟ ਆਫ ਨੇਸ਼ਨ ਸਰਵੇ ਹੋਇਆ ਸੀਗਾ ਉਦੇ ਵਿੱਚ ਦੋ ਤਿਹਾਈ ਕਿਸਾਨ ਦੇਸ਼ ਦੇ ਜਾਂ ਕਿਸਾਨੀ ਨਾਲ ਜੁੜੇ ਲੋਕ ਆ ਉਹ ਭਾਜੀਪੀ ਤੋਂ ਬਹੁਤ ਬੁਰੀ ਤਰ੍ਹਾਂ ਡਿਸਸੈਟੀਸਫਾਈਡ ਹੈਗੇ। ਔਰ ਕਿਸਾਨੀ ਹੁਣ ਅੱਗੇ ਨਾਲੋਂ ਜ਼ਿਆਦਾ ਪੋਲੀਟੀਕਲ ਹੋ ਚੁੱਕੀ ਆ। ਮੈਂ ਨਹੀਂ ਕਹਿੰਦਾ ਕਿ ਉਹਨਾਂ ਨੂੰ ਇਲੈਕਸ਼ਨ ਇਲੈਕਸ਼ਨ ਲੜਨੀ ਚਾਹੀਦੀ ਆ। ਪੋਲੀਟੀਕਲ ਹੋਣ ਦਾ ਮਤਲਬ ਹੈ ਕਿ ਆਪਣੀ ਵੋਟ ਪਾਉਣ ਲੱਗਿਆਂ ਉਹਨਾਂ ਨੂੰ ਇਹ ਪਤਾ ਲੱਗ ਜਾਵੇ ਵੀ ਸਾਡਾ ਦੁਸ਼ਮਣ ਕਿਹੜਾ ਹੈਗਾ। ਜਿਸ ਕਿਨੇ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਵਾ। ਜਾਂ ਕਿਹਦੀ ਵਜ੍ਹਾ ਕਰਕੇ ਕਿਸਾਨੀ ਜਿਹੜੀ ਹੈਗੀ ਆ ਉਹ ਪਛਾਣ ਖੇਚੀ ਜਾ ਰਹੀ ਆ। ਜਾਂ ਇਹ ਜਿਹੜੀ ਸਰਕਾਰ ਹੈਗੀ ਆ ਕਿਹਨੂੰ ਜ਼ਿਆਦਾ ਫਾਇਦਾ ਉਹਦੇ ਵਿੱਚ ਪਹਚਾਰੀ ਆ ਤੋ ਇਸ ਕਰਕੇ ਪੰਜਾਬ ਦੇ ਵਿੱਚ ਤਾਂ ਤਾਂ ਸਾਰੇ ਨੇ ਦੇਖਿਆ ਕਿ ਕਿਸਾਨੀ ਜਿਹੜੀ ਹੈਗੀ ਆ ਜਾਂ ਕਿਸਾਨੀ ਲਹਿਰ ਜਿਹੜੀ ਹੈਗੀ ਆ ਜਾਂ ਕਿਸਾਨ ਜਥੇਬੰਦੀਆਂ ਭਾਵੇਂ ਕਿ ਉਹਨਾਂ ਦੇ ਜਿਹੜੀ ਹੈਗੀ ਉਹ ਦੇਖਿਆ ਜਾਵੇ ਕਿ ਬਹੁਤ ਵੱਡੀ ਪਰਸੈਂਟੇਜ ਨਹੀਂ ਹੈਗੀ ਉਹਨਾਂ ਨੂੰ ਹੋਰ ਧਿਰਾਂ ਵੀ ਵੱਡੀਆਂ ਹੈਗੀਆਂ ਜਿਹੜੀ ਨੋਨ ਐਗਰੀਕਲਚਰਸ ਕਲਾਸ ਹੈਨ ਖਾਸ ਕਰਕੇ ਦਲਤ ਭਾਈਚਾਰਾ ਸਾਰਾ ਉਹਦੇ ਵਿੱਚ ਹੈਗਾ ਉਹ ਵੱਡਾ ਹੈ ਪਰ ਇਹ ਤਾਂ ਕਿ ਲੀਡਿੰਗ ਰੋਲ ਹੈ ਕਿਸਾਨੀ ਸਾਡੇ ਕਮਿਊਨਿਟੀ ਜਿਹੜਾ ਹੈਗਾ ਪਾਵਰ ਸਟਰਕਚਰ ਆ ਉਹਦੇ ਵਿੱਚ ਇੱਕ ਡੋਮਿਨੈਂਟ ਪਲੇਅਰ ਹੈਗੀ ਆ ਔਰ ਪੰਜਾਬ ਦੀ ਕਿਸਾਨੀ ਜਿਹੜੀ ਹੈਗੀ ਆ ਉਹ ਬਿਲਕੁਲ ਡਟ ਕੇ ਬੀਜੇਪੀ ਦੇ ਅਗੇਂਸਟ ਖੜੀ ਹੈ ਸੋ ਅਕਾਲੀ ਦਲ ਲਈ ਇਹ ਡੈਲਮਾ ਹੋਊਗਾ ਕਿ ਮੈਂ ਇਹਦੇ ਨਾਲ ਜਾਣਾ ਕਿ ਨਹੀਂ ਜਾਣਾ ਦੂਸਰੀ ਗੱਲ ਇਹ ਹੈਗੀ ਆ ਕਿ ਬੀਜੇਪੀ ਨੂੰ ਲੱਗਦਾ ਹੈ ਕਿ ਜੇ ਅਸੀਂ ਅਕਾਲੀ ਦਲ ਨਾਲ ਹੁਣ ਅਲਾਈਅንስ ਕਰਦੇ ਆ ਜਾਂ ਅਕਾਲੀ ਦਲ ਸਾਡੇ ਨਾਲ ਅਲਾਈਅንስ ਕਰਦਾ ਤੇ ਸਾਡਾ ਜਿਹੜਾ ਪਹਿਲੇ ਵਾਲਾ ਅਰੇਂਜਮੈਂਟ ਹੁੰਦਾ ਸੀਗਾ ਕਿ ਤਿੰਨ ਸੀਟਾਂ ਜਿਹੜੀਆਂ ਹੁੰਦੀਆਂ ਸੀ ਪਾਰਲੀਮੈਂਟ ਦੀਆਂ ਤੇ 3 ਸੀਟਾਂ ਜਿਹੜੀਆਂ ਹੈਗੀਆਂ ਅਸੈਂਬਲੀ ਦੀਆਂ ਅਸੀਂ ਉਹ ਤੋਂ ਹੋਰ ਅਗਲੇ ਪਾਸੇ ਹਲ ਵਧਾਂਗੇ ਹੋਰ ਅਗਲੇ ਪਾਸੇ ਆ ਜਾਵਾਂਗੇ ਭਾਜਪੀ ਨੇ ਜਿਸ ਵੀ ਪ੍ਰਾਂਤ ਦੇ ਵਿੱਚ ਰੀਜਨਲ ਪਾਰਟੀ ਦੇ ਨਾਲ ਸਮਝੌਤਾ ਕੀਤਾ ਹੈ ਉਹਦੀਆਂ ਇਹਨਾਂ ਨੇ ਪਹਿਲਾਂ ਉਹਦੀਆਂ ਜੜ੍ਹਾਂ ਖੋਖਲੀਆਂ ਕੀਤੀਆਂ ਉਹਨੂੰ ਜਿਹੜਾ ਨਾ ਘੜਦਾ ਛੱਡਿਆ ਨਾ ਘੜਦਾ ਛੱਡਿਆ ਤੁਸੀਂ ਦੇਖੋ ਹਰਿਆਣੇ ਦੀ ਗੱਲ ਕਰਕੇ ਦੇਖ ਲਓ ਤੁਸੀਂ ਤੁਸੀਂ ਬੀਐਸਪੀ ਦੀ ਗੱਲ ਕਰਕੇ ਵੇਖ ਲਓ ਬਿਹਾਰ ਦੇ ਵਿੱਚ ਨतीश ਕੁਮਾਰ ਪਛਾਣ ਕਿਉਂ ਮੁੜਿਆ ਪਿਛਲੀਆਂ ਚੋਣਾਂ ਦੇ ਵਿੱਚ ਨतीश ਕੁਮਾਰ ਦੀ ਪਾਰਟੀ ਤੀਸਰੇ ਨੰਬਰ ਤੇ ਆ ਗਈ ਸੀਗੀ ਬੀਜੇਪੀ ਉਥੋਂ ਉੱਠ ਕੇ ਦੂਸਰੇ ਨੰਬਰ ਤੇ ਆ ਗਈ ਸੀ ਜਦੋਂ ਕਿ ਉੱਥੇ ਜਾਤ ਪਾਤ ਕਾਸਟ ਜਿਹੜਾ OBC ਫੈਕਟਰ ਬਹੁਤ ਇੰਪੋਰਟੈਂਟ ਹੈਗਾ ਤਾਂ ਬੀਜੇਪੀ ਕੋਸ਼ਿਸ਼ ਕਰੂਗੀ ਬੀਜੇਪੀ ਨੂੰ ਲੱਗਦਾ ਕਿ ਇਹ ਕਿਸਮ ਦਾ ਬੀਜੇਪੀ ਦੀ ਜਮਰੋਦ ਦਾ ਕਿ ਜੇ ਪੰਜਾਬ ਉਹ ਜਿੱਤਦੇ ਆ ਤੇ ਉਹਨਾਂ ਨੂੰ ਲੱਗਦਾ ਵੀ ਦੇਸ਼ ਦੇ ਵਿੱਚ ਉਹਨਾਂ ਦੀਆਂ ਨੀਤੀਆਂ ਉਹਨਾਂ ਦੀ ਵਿਚਾਰਧਾਰਾ ਉਹਨਾਂ ਦੇ ਏਜੰਡੇ ਦੇ ਸਾਹਮਣੇ ਫਿਰ ਜਿਹੜਾ ਹੈਗਾ ਸਾਰਾ ਲੋਕਾਂ ਦਾ ਖਲੋਣਾ ਜਿਹੜਾ ਉਹ ਮੁਸ਼ਕਲ ਹੋ ਜਾਊਗਾ ਸੋ ਕੋਸ਼ਿਸ਼ ਕਰਨਗੇ ਹੁਣ 9 ਸਾਲੇ ਦੀ ਸੈਲੀਬ੍ਰੇਸ਼ਨਸ ਕਰ ਰਹੇ ਆ ਲੋਕਾਂ ਨੂੰ ਦੱਸ ਰਿਹਾ ਵੀ ਲੋਕਾਂ ਨੂੰ ਨਹੀਂ ਪਤਾ ਤੁਹਾਡੀ ਕੀ ਅਚੀਵਮੈਂਟ ਹੈਗੀ ਆ ਉਹ ਜਿੱਦਾਂ ਬਾਹਰ-ਬਾਹਰ ਚਾਹੇ ਝੂਠ ਬੋਲਣਾ ਚਾਹਜੋ ਆਪਣੀ ਗੱਲ ਹੀ ਕਹੀ ਜਾਣੀ ਦੂਸਰੀ ਦੀ ਗੱਲ ਸੁਣਨੀ ਨਹੀਂ ਹੈ ਮਨ ਦੀ ਬਾਤ ਹੀ ਕਹੀ ਜਾਣੀ ਜਿਹੜੀ ਹੈਗੀ ਆ ਤੇ ਜਿਹੜੀ ਦਿਮਾਗ ਦੀ ਬਾਤ ਉਹਦੀ ਗੱਲ ਹੀ ਨਹੀਂ ਕਰਨੀ ਆਪਣੀ ਵਨਵੇ ਟ੍ਰੈਫਿਕ ਹੈਗੀ ਆ ਉਹ ਵੱਡੀਆਂ-ਵੱਡੀਆਂ ਰੈਲੀਆਂ ਕਰ ਦੇਣੀਆਂ ਵੱਡੇ-ਵੱਡੇ ਲੀਡਰ ਆ ਜਾਣੇ ਜਿੱਦਾਂ ਤੁਸੀਂ ਦੱਸਿਆ ਰਾਜਨਾਥ ਸਿੰਘ ਜੀ ਆਏ ਪੋਲੀਟੀਕਲ ਸਟੇਟਮੈਂਟ ਜਾਣ ਲੱਗੇ ਦੇਖੇ ਚੱਲੇਗੇ ਪੰਜਾਬ ਦੇ ਲਾਅ ਐਂਡ ਆਰਡਰ ਬਹੁਤ ਹਾਲਾਤ ਬਹੁਤ ਠੀਕ ਨਹੀਂ ਹੈ ਪਰ ਦੂਸਰੇ ਪਾਸੇ ਕੀ ਹੋਣਾ ਵੀ ਦੱਸਿਆ ਕਿ ਕਿਸਾਨਾਂ ਬਾਰੇ ਤੁਹਾਡਾ ਕੀ ਏਜੰਡਾ ਸੀਗਾ ਜਾਂ ਖਾਸ ਕਰਕੇ ਮਨੀਪੁਰ ਦੇ ਵਿੱਚ ਕੀ ਹੋ ਰਿਹਾ ਵਾ ਜਾਂ ਇਹਦੇ ਵਿੱਚ ਜਿਹੜੇ ਪਹਿਲੇ ਸਮੇਂ ਦੇ ਵਿੱਚ ਉਹਨਾਂ ਨੇ ਭਰਤੀ ਦੇ ਨਿਯਮ ਜਿਹੜੇ ਬਦਲੇ ਆ ਉਹਦੇ ਬਾਰੇ ਉਹਨਾਂ ਨੇ ਉਹ ਕੀ ਕਰ ਰਿਹਾ ਜਾਂ ਜਿਹੜਾ NCERT ਦਾ ਸਿਲੇਬਸ ਬਦਲਿਆ ਹਨ ਜਾਂ ਜਿਸ ਤਰੀਕੇ ਨਾਲ ਸਾਡਾ ਐਜੂਕੇਸ਼ਨ ਸਿਸਟਮ ਨੂੰ ਜਿਹੜਾ ਹੈਗਾ ਉਹਦੇ ਵਿੱਚ ਜਿਹੜੇ ਸਾਡੀਆਂ ਕੋਰ ਵੈਲਿਊ ਸੀਗੀਆਂ ਖਾਸ ਕਰਕੇ ਡੈਮੋਕ੍ਰੇਸੀ ਦੇ ਬਾਰੇ ਗੱਲ ਹੈਗੀ ਸੀਗੀ ਜਾਂ ਜਿਹੜਾ ਚੈਲੰਜਸ ਹੈਗੇ ਸੀ ਡੈਮੋਕਰੇਟਿਵ ਪ੍ਰੋਸੈਸ ਨੂੰ ਕਾਸਟਾ ਰੋਲ ਕੀ ਸੀਗਾ ਉਹਨੂੰ ਕਿਸ ਪਾਸੇ ਲੈ ਕੇ ਗਿਆ ਜਿਹੜਾ ਕਿਹੜਾ ਨਵਾਂ ਝੰਡਾ ਲੈ ਕੇ ਆਏ ਸੋ ਮੇਰਾ ਕਹਿਣ ਤੋਂ ਪਾਵੇ ਹੈਗਾ ਵਾ ਕਿ ਉਹ ਇਹ ਕਰਨਗੇ ਉਹਨਾਂ ਨੂੰ ਪਤਾ ਸਾਊਥ ਦੇ ਵਿੱਚ ਸਾਡੀ ਚੱਲਣ ਵਾਲੀ ਨਹੀਂ ਹੈਗੀ ਹਿੰਦੀ ਹੈਟਲੈਂਡ ਦੇ ਵਿੱਚ ਵੀ ਉਹਨਾਂ ਨੂੰ ਜਿਹੜੀ ਇੱਕ ਸੀਰੀਅਸ ਚੈਲੰਜ ਆ ਰਿਹਾ ਨਾਰਥ-ਈਸਟ ਦੇ ਵਿੱਚ ਉਹ ਮੂਵ ਖਾਲਣ ਜੋਗੇ ਨਹੀਂ ਆ ਮਨੀਪੁਰ ਤੋਂ ਬਾਅਦ ਅਗਲੇ ਪੰਜ ਸਾਲ ਕੀ ਲੋਕਾਂ ਨੂੰ ਦੱਸਣਗੇ ਕਿ ਅਸੀਂ ਇੱਥੇ ਕੀ ਕਰ ਸਕਦੇ ਹਾਂ ਕਿਹੜੀ ਡਿਵੈਲਪਮੈਂਟ ਕਰ ਸਕਦੇ ਹਾਂ ਤਾਂ ਮੇਰਾ ਕਹਿਣ ਤੋਂ ਪਾਵੇ ਹੈਗਾ ਵਾ ਕਿ ਉਹ ਇਹੀ ਕੋਸ਼ਿਸ਼ ਕਰਨਗੇ ਅਕਾਲੀ ਦਲ ਤੇ ਡਿਪੈਂਡ ਕਰਦਾ ਮੈਨੂੰ ਨਹੀਂ ਲੱਗਦਾ ਵੀ ਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਇਸ ਵੇਲੇ ਆਪਣੇ ਪੈਰਾਂ ਤੇ ਖਲੋ ਕੇ ਲੋਕਾਂ ਦੀ ਧਿਰ ਬਣ ਤੋਂ ਬਿਨਾ ਕੋਈ ਹੋਰ ਚਾਰਾ ਹੈਗਾ ਕਿ ਨਹੀਂ ਹੈਗਾ। ਅਕਾਲੀ ਦਲ ਕੋ ਅਜੇ ਵੀ 18-20% ਵੋਟ ਸ਼ੇਅਰ ਹੈਗਾ ਪਰ ਸਮੱਸਿਆ ਇਹ ਹੈਗੀ ਆ ਕਿ ਉਹ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈਗੀ ਆ ਉਹਦੀ ਕ੍ਰੈਡੀਬਿਲਟੀ ਆਲਰੇਡੀ ਔਰ ਐਟ ਸਟੇਕ ਹੈਗੀ ਆ। ਉਹਦੇ ਵਿੱਚੋਂ ਹੀ ਚੈਲੰਜਸ ਹੈਗੇ ਆ। ਅੱਗੇ ਇਹਨਾਂ ਦੇ ਉੱਤੇ ਇੱਕ ਕਿਸਮ ਦੀ ਜਿਹੜੀ ਸ਼ੀਲਡ ਹੁੰਦੀ ਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਦੀ ਜਾਂ ਜਿਹੜੇ ਹੋਰ ਪੰਥ ਦੇ ਵੱਡੇ ਵੱਡੇ ਲੀਡਰ ਹੁੰਦੇ ਸੀਗੇ ਜਿਹੜੇ ਇਹਨਾਂ ਦੇ ਰੈਸਕਿਊ ਤੇ ਆਉਂਦੇ ਹੁੰਦੇ ਸੀ ਖਾਸ ਕਰਕੇ ਮੁੱਦਿਆਂ ਦੇ ਲੈਵਲ ਦੇ ਉੱਤੇ ਉਹ ਵੀ ਇਹਨਾਂ ਨੇ ਆਪਣਾ ਨਵਾਂ ਹੀ ਇੱਕ ਕਿਸਮ ਦਾ ਜਿਹੜਾ ਹੈਗਾ ਉਹਦੇ ਵਿੱਚ ਇਹ ਜਿਹੜੀ ਨਵੀਂ ਨਮਾ ਪ੍ਰੋਸੈਸ ਸ਼ੁਰੂ ਕਰ ਲਿਆ ਤਾਂ ਇਸ ਕਰਕੇ ਪੰਜਾਬ ਦੇ ਵਿੱਚ ਖਿਲਾਰਾ ਬਹੁਤ ਪੈਣਾ ਔਰ ਇਹ ਸਾਰੇ ਖਿਲਾਰੇ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਆਮਾ ਜੀ ਪਾਰਟੀ ਤਾਂ ਹੈਗੀ ਹੈਗੀ ਆ ਜੇ ਕਿਸੇ ਪਾਰਟੀ ਨੇ ਗੇਨ ਕਰਨ ਦੇ ਚਾਂਸਸ ਹੈਗੇ ਆ ਤੇ ਜੇ ਕਾਂਗਰਸ ਦੀ ਪੰਜਾਬ ਦੀ ਸਟੇਟ ਦੀ ਲੀਡਰਸ਼ਿਪ ਦੇ ਵਿੱਚ ਕੋਈ ਮੈਚੂਰ ਲੋਕ ਆ ਐਵੇਂ ਹਫੜਾ ਦਫੜੀ ਕਰਦਾ ਕਰਨ ਵਾਲੇ ਨਹੀਂ ਆ ਰੌਲਾ ਰੱਪਾ ਪਾਉਣ ਵਾਲੇ ਨਹੀਂ ਆ ਮੈਂ ਤੇ ਕਰਨ ਵਾਲੇ ਨਹੀਂ ਹੈ ਇਹ ਠੀਕ ਆ ਕਿ ਤੁਸੀਂ ਇਹ ਆਪਾਂ ਸਵਾਲ ਕਰ ਸਕਦੇ ਵੀ ਆਉਣੇ ਕਿੱਥੋਂ ਹੈਗੇ ਆ ਕਿ ਇਹ ਜਿਹੜੇ ਇਸ ਕਿਸਮ ਦੇ ਹੈਗੇ ਜਾਂ ਇਹ ਸੈਂਟਰਲ ਲੀਡਰਸ਼ਿਪ ਕੋਈ ਇਸ ਕਿਸਮ ਦਾ ਸਿਸਟਮ ਕੋ ਸਟਰਕਚਰ ਕੋ ਢਾਂਚਾ ਦਾ ਇਸ ਕਿਸਮ ਦਾ ਕੋਈ ਪਲੇਟਫਾਰਮ ਤਿਆਰ ਕਰਦੀ ਆ ਉਹਨਾਂ ਨੂੰ ਐਡਵਾਂਟੇਜ ਇਸ ਸਾਰੇ ਮਾਹੌਲ 'ਚ ਹੋ ਸਕਦਾ ਬੀਜੇਪੀ ਨੂੰ ਫਰਦਰ ਟਾਈਮ ਬੀਂਗ ਹਾਂ ਜੇ ਬੀਜੇਪੀ ਰਾਜਨੀਤੀ ਨੂੰ ਜਿਸ ਤਰੀਕੇ ਨਾਲ ਇਹ ਦੂਸਰੇ ਸਟੇਟਾਂ 'ਚ ਬਣਦੀ ਆ ਖਾਸ ਕਰਕੇ ਜਦੋਂ ਇਹ ਧਰਮ ਦਾ ਸਹਾਰਾ ਲੈਂਦੀ ਆ ਜਾਂ ਉਸ ਕਿਸਮ ਦੀ ਜਿਹੜੀ ਹੈਗੀ ਆ ਪ੍ਰੋਵੋਕੇਸ਼ਨ ਕਰਦੇ ਆ ਜਾਂ ਉਸ ਕਿਸਮ ਦਾ ਅਜੰਡਾ ਲੈ ਕੇ ਆਉਂਦੇ ਆ ਤੇ ਫਿਰ ਲੋਕਾਂ ਦੀ ਸੋਚ ਦੇ ਵਿੱਚ ਕੋਈ ਬਹੁਤ ਜ਼ਿਆਦਾ ਕਈ ਵਾਰੀ ਉਹ ਟਾਈਮ ਨਹੀਂ ਲੱਗਦਾ ਬਦਲਣ ਲੱਗਿਆ ਕਿਉਂਕਿ ਬਹੁਤ ਪੰਜਾਬ ਦੇ ਹਾਲਾਤ ਬਹੁਤ ਡੈਲੀਕੇਟ ਹੈਗੇ ਆ ਪੰਜਾਬ ਦੀਆਂ ਸਮੱਸਿਆ ਜਿਹੜੀਆਂ ਬਹੁਤ ਢਾਂਚਾਗਤ ਹੈਗੀਆਂ ਤੁਸੀਂ ਦੇਖੋ ਆ ਕਿਸ ਤਰੀਕੇ ਦੇ ਨਾਲ ਜਿਹੜੀਆਂ ਖਾਲਿਸਤਾਨ ਦੀ ਗੱਲ ਆ ਰਹੀ ਆ ਕਿਸ ਤਰੀਕੇ ਨਾਲ ਗੈਂਗਸਟਰਾਂ ਦਾ ਇਹ ਸੂ ਹੈਗਾ ਕਿਸ ਤਰੀਕੇ ਦੇ ਨਾਲ ਆ ਜਿਹੜੀ ਹੁਣ ਸਰਕਾਰ ਚੱਲ ਰਹੀ ਆ ਇਹ ਲੋਕਾਂ ਦੀ ਐਕਸਪੈਕਟੇਸ਼ਨ ਤੋਂ ਹੌਲੀ-ਹੌਲੀ ਜਿਹੜਾ ਇਹਦਾ ਲੋਕਾਂ ਦਾ ਪਛਾਣ ਹਟਣਾ ਜਿਹੜਾ ਹੈਗਾ ਵਾ ਜਾਂ ਜੇ ਕੱਲੋਂ ਇਸੇ ਤਰੀਕੇ ਦੀ ਡਿਵੀਜ਼ਨ ਬਣਦੀ ਆ ਕੋਈ ਇੱਕ ਜਿਹੜੀ ਖਾਸ ਕਰਕੇ ਮਾਈਨੋਰਿਟੀ ਕਮਿਊਨਿਟੀ ਨੂੰ ਪੰਜਾਬ ਦੇ ਵਿੱਚ ਇਹ ਦਿੱਤਾ ਜਾਂਦਾ ਕਿ ਤੁਸੀਂ ਵੀ ਰੂਲ ਕਰ ਸਕਦੇ ਜੋ ਹੈ ਇਹ ਜੇ ਤੁਸੀਂ ਜੁਆਇਨਟਡ ਹੋ ਜਾਂਦੇ ਜੋ ਜੇ ਇਸ ਕਿਸਮ ਦਾ ਵਰਤਾਰਾ ਇਸ ਕਿਸਮ ਦਾ ਢਾਂਚਾ ਇਸ ਕਿਸਮ ਦੀ ਪਹਿਲ ਇਸ ਕਿਸਮ ਦਾ ਅਜੰਡਾ ਕਿਉਂਕਿ ਲੀਡਰਸ਼ਿਪ ਬਕਾਊ ਤਾਂ ਬਹੁਤ ਤੁਸੀਂ ਦੇਖਿਆ ਕਿ ਪਹਿਲੇ ਸਮੇਂ ਦੇ ਵਿੱਚ ਜਿਹੜੀ ਲੀਡਰਸ਼ਿਪ ਨੇ ਇਹਨਾਂ ਲੰਮਾ ਸਮਾਂ ਜਿਹੜਾ ਸੀ ਜਦ ਲੀਡਰਾਂ ਨੇ ਇੱਕ ਪਾਰਟੀ ਦੇ ਨਾਲ ਖੜੇ ਸੀਗੇ ਉਹਦੇ ਵਿੱਚੋਂ ਐਮਐਲਏ ਬਣੇ ਸੀ ਉਹ ਚੋਂ ਮੰਤਰੀ ਬਣੇ ਸੀ ਉਹ ਚੋਂ ਮੁੱਖ ਮੰਤਰੀ ਬਣੇ ਸੀ ਉਹ ਚੋਂ ਪਾਰਟੀਆਂ ਦੇ ਪ੍ਰਧਾਨ ਬਣੇ ਸੀਗੇ ਔਰ ਕਈ ਪੀੜ੍hiyan ਤੋਂ ਵੀ ਕਈ ਵਾਰੀ ਨਾਲ ਲੱਗੇ ਸੀਗੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕਦਮ ਸਵਿਚਓਵਰ ਕਰਕੇ ਚਲੇ ਗਏ ਵੇ ਚੀਜ਼ਾਂ ਵੇਖ ਕੇ ਮਨ ਨੂੰ ਲੱਗਦਾ ਵੀ ਹੈ ਕਿ ਇਹ ਕਿਸ ਕਿਸਮ ਦੀ ਰਾਜਨੀਤੀ ਹੈਗੀ ਕਿਸ ਕਿਸਮ ਦਾ ਇਹ ਲੋਕ ਜਿਹੜੀ ਇਹਨਾਂ ਦੀ ਮੋਰੈਲਿਟੀ ਹੈਗੀ ਆ ਕਿਸ ਕਿਸਮ ਦਾ ਇਹਨਾਂ ਦਾ ਸਟੈਂਡ ਹੈਗਾ ਜਾਂ ਇਹ ਲੋਕਾਂ ਨੂੰ ਘੱਟੋ ਘੱਟ ਪੰਜਾਬ ਦੇ ਨੂੰ ਆਸ ਰੱਖਣੀ ਚਾਹੀਦੀ ਹੈ ਕਿ ਇਹੋ ਜਿਹੇ ਲੀਡਰਾਂ ਤੋਂ ਤੁਸੀਂ ਆਪਣੇ ਭਲੇ ਵਾਸਤੇ ਜਾਂ ਸਟੇਟ ਦੇ ਭਲੇ ਵਾਸਤੇ ਜਾਂ ਲੋਕਾਂ ਦੇ ਭਲੇ ਵਾਸਤੇ ਕੋਈ ਹੋਰ ਆਸ ਨਾ ਰੱਖੋ ਆਪ ਧਿਰ ਬਣੋ ਥੱਲੇ ਉਹ ਪ੍ਰੈਸ਼ਰ ਬਣਾਓ ਆਪਣਾ ਏਜੰਡਾ ਆਪ ਤੈਅ ਕਰੋ ਕੋਈ ਫਰਕ ਨਹੀਂ ਪੈਂਦਾ ਕੋਈ ਕਿਸੇ ਨੂੰ ਡਾਂਗ ਮਾਰਨ ਦੀ ਲੋੜ ਨਹੀਂ ਹੈ ਕਿਸੇ ਕਿਸੇ ਨੂੰ ਬੁਰਾ ਬੋਲਣ ਦੀ ਲੋੜ ਨਹੀਂ ਹੈ ਆਪਣੇ ਆਪ ਨੂੰ ਆਪਣੇ ਆਪ ਨੂੰ ਪੋਲੀਟੀਕਲ ਐਨਲਾਈਟਨ ਕਰੋ ਇੱਕ ਨਵਾਂ ਡਿਸਕੋਰਸ ਪੈਦਾ ਕਰੋ ਇੱਕ ਧਿਰ ਬਣ ਜਾਓ ਫਿਰ ਉਹਦੇ ਚ ਕੋਈ ਨਾ ਕੋਈ ਲੋਕ ਪੱਖੀ ਜਿਹੜਾ ਜਿਹੜਾ ਹੈਗਾ ਆਲਟਰਨੇਟਿਵ ਜਾਂ ਲੋਕ ਪੱਖੀ ਜਿਹੜਾ ਇੱਕ ਧਿਰ ਜੜੀ ਆ ਉਹ ਚ ਈਵੋਲਵ ਹੋ ਜਾਂਦੀ ਹੈ ਸਭ ਜਦੋਂ ਅਸੀਂ ਪੰਜਾਬ ਦੀ ਕਿਸਾਨੀ ਦੀ ਗੱਲ ਕਰਦੇ ਆ ਓਵਰঅল ਮੁਲਕ ਦੀ ਵੀ ਕਿਸਾਨੀ ਦੀ ਗੱਲ ਕਰ ਲਿਓ ਪਰ ਜਦੋਂ ਕਿਸਾਨੀ ਵੋਟ ਦੀ ਗੱਲ ਹੁੰਦੀ ਹੈ ਕਿ ਕੀ ਇਹ ਵੋਟ ਬੈਂਕ ਹੁਣ ਫੈਸਲਾ ਕੋਈ ਨਹੀਂ ਰਿਹਾ ਜਾਂ ਫਿਰ ਇਹ ਵੰਡਿਆ ਜਾ ਚੁੱਕਿਆ ਆ ਜਾਂ ਫਿਰ ਕਿਸੇ ਇੱਕ ਧਿਰ ਦੇ ਵੱਲ ਮਤਲਬ ਕਿ ਝੁਕਾਅ ਇਹਦਾ ਹੋ ਚੁੱਕਿਆ ਆ ਪੰਜਾਬ ਦੀ ਕਿਸਾਨੀ ਦੀ ਸਮੱਸਿਆਵਾਂ ਮੱਕੀ ਤੇ ਮੂੰਗੀ ਵਾਲੀ ਫਸਲ ਜਿਹੜੀ ਹੈ ਐਮ ਐਸ ਪੀ ਤੇ ਨਹੀਂ ਚੁੱਕੀ ਜਾ ਰਹੀ ਹਰਿਆਣੇ ਵਾਲਿਆਂ ਨੇ ਵੀ ਪਿੱਛੇ ਜੇ ਰੌਲਾ ਰੱਪਾ ਪਾਇਆ ਸੀ ਗੁਰਨਾਮ ਸਿੰਘ ਚੜੂਨੀ ਹੋਣਾ ਨੇ ਉੱਥੇ ਸੂਰਜਮੁਖੀ ਨੂੰ ਲੈ ਕੇ ਰੌਲਾ ਪਿਆ ਸੀ ਪੂਰੇ ਮੁਲਕ ਦੇ ਵਿੱਚ ਹੀ ਰੌਲਾ ਪਿਆ ਹੀ ਰਹਿੰਦਾ ਕਿ ਤਨਾ ਕਿਤੇ ਰਕੇਸ਼ਟ ਕਹਿਤ ਕਹਿੰਦੇ ਨੇ ਕਿ ਐਮ ਐਸ ਪੀ ਦਾ ਲੈ ਕੇ ਰਵਾਂਗੇ ਹੌਲੀ ਹੌਲੀ ਇਹਦੇ ਉੱਤੇ ਅੰਦੋਲਨ ਵੀ ਸ਼ੁਰੂ ਕਰ ਦੇਵਾਂਗੇ ਸਯੁਕਤ ਕਿਸਾਨ ਮੋਰਚੇ ਨੇ 27 ਜੂਨ ਨੂੰ ਇੱਕ ਅੱਧੇ ਦਿਨ ਬਾਅਦ ਮੋਹਾਲੀ ਦੇ ਗੁਰਦੁਆਰਾ ਅੰਬਸਾਬ ਤੋਂ ਵੱਡਾ ਕੱਟ ਸੱਦਿਆ ਆ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਤਾ ਵੀਡੀਓਜ਼ ਮੁੱਖ ਮੰਤਰੀ ਆਪਣੇ ਹੈਂਡਲ ਤੋਂ ਜਾਰੀ ਕਰਦੇ ਨੇ ਸੋਸ਼ਲ ਮੀਡੀਆ ਦੇ ਤਮਾਮ ਜਿੰਨਾ ਜਿੰਨੇ ਇਹਨਾਂ ਦੇ ਮੰਤਰੀ ਵਿਧਾਇਕ ਨੇ ਉਹ ਜਾ ਜਾ ਕੇ ਵੀਡੀਓਜ਼ ਟਵੀਟ ਕਰ ਰਹੇ ਨੇ ਪੋਸਟ ਕਰ ਰਹੇ ਨੇ ਸਾਰਾ ਕੁਝ ਸਾਹਮਣੇ ਆ ਰਿਹਾ ਹੈ ਇਹਦੇ باوجود ਜਿਹੜੇ ਆ ਉਹ ਕਿਸਾਨੀ ਸੰਤੁਸ਼ਟ ਨਹੀਂ ਹੋ ਰਹੀ ਇਹਦਾ ਕੀ ਮਤਲਬ ਕਿ ਕਾਰਨ ਸਮਝਿਆ ਜਾਵੇ ਕਿਸਾਨੀ ਦੀਆਂ ਢਾਂਚਾਗਤ ਸਮੱਸਿਆ ਹੈਗੀਆਂ ਸਾਡੀ ਕਿਸਾਨੀ ਵੱਡੀ ਗਿਣਤੀ ਦੇ ਵਿੱਚ ਬਹੁਤ ਵੱਡੀ ਮੇਰੇ ਖਿਆਲ ਮੈਂ ਐਗਜ਼ੈਕਟ ਨੰਬਰ ਦੀ 80 85% ਕਿਸਾਨੀ ਜਿਹੜੀ ਹੈ ਉਹ ਉਹ ਇੱਕ ਛੋਟੀ ਕਿਸਾਨੀ ਹੋ ਗਈ ਆ ਉਹਦੇ ਵਿੱਚ ਕੱਲੀ ਕਿਸਾਨੀ ਦੇ ਰਹਿ ਕੇ ਜਾਂ ਟ੍ਰੈਡੀਸ਼ਨ ਖੇਤੀ ਕਰਕੇ ਲਾਈਵਲੀਹੂਡ ਦਾ ਜਿਹੜਾ ਹੈਗਾ ਵਾ ਉਹਨੂੰ ਨਿਰਭਾਹ ਕਰਨਾ ਜਿਹੜਾ ਉਹ ਕਾਫੀ ਹੱਦ ਤੱਕ ਬਹੁਤ ਮੁਸ਼ਕਲ ਹੋ ਚੁੱਕਾ ਅਸੀਂ ਕਿਸਾਨੀ ਵੀ ਜਿਹੜੀ ਹੈਗੀ ਆ ਉਹ ਮਾਰਕੀਟ ਫੋਰਸਸ ਨੂੰ ਫੇਸ ਕਰਦੀ ਆ ਦਵਾਈ ਲਖਾਈ ਵੀ ਮਾਰਕੀਟ ਫੋਰਸ ਚ ਆਉਂਦੀ ਆ ਦਵਾਈ ਵੀ ਉਹਦੇ ਵਿੱਚ ਆਉਂਦੀ ਆ ਹੋਰ ਸਾਰਾ ਕੁਝ ਉਸ ਪਾਸੇ ਵੱਲੋਂ ਆਉਂਦਿਆ ਇਸ ਕਰਕੇ ਦਿਨੋਂ ਦਿਨ ਉਹਨਾਂ ਦੀ ਪੋਜੀਸ਼ਨ ਜਿਹੜੀ ਹੈ ਵੀਕ ਹੋਈ ਜਾ ਰਹੀ ਹੈ ਕਲਾਈਮੇਟ ਚੇਂਜ ਦੇ ਨਾਲ ਕਦੀ ਤਾਂ ਫਸਲ ਦਾ ਬਹੁਤ ਝਾੜ ਬਹੁਤ ਥੱਲੇ ਡਿੱਗ ਪੈਂਦਾ ਵਾ ਕਦੀ ਥੋੜਾ ਬਹੁਤਾ ਉੱਚੋ ਬਚਾਅ ਹੋ ਜਾਂਦਾ ਕੋਈ ਆਸ ਨਹੀਂ ਬਣਦੀ ਇਸੇ ਕਰਕੇ ਹੈਗਾ ਕਿ ਕਿਸਾਨ ਇਹ ਪਹਿਲਾ ਇੱਕ ਗੋਬੇਸ਼ਨ ਹੈਗਾ ਵੀ ਜਿੱਥੇ ਕਿਸਾਨ ਆਪਣੇ ਬੱਚੇ ਨੂੰ ਕਿਸਾਨ ਜਿਹੜਾ ਬਣ ਬਣਣ ਤੋਂ ਜਿਹੜਾ ਰੋਕਦਾ ਹੈ ਜਾਂ ਉਹਦੇ ਬੱਚੇ ਜਿਹੜੇ ਉਹ ਕਿਸਾਨ ਬਣਨਾ ਨਹੀਂ ਚਾਹੁੰਦੇ ਕਿਉਂਕਿ ਉਸ ਕਿਸਮ ਦੀ ਵਾਇਬਿਲਿਟੀ ਨਹੀਂ ਹੈਗੀ ਦੂਸਰੀ ਗੱਲ ਹੈਗੀ ਆ ਕਿ ਜਿਹੜੀ ਤੁਸੀਂ ਗੱਲ ਕੀਤੀ ਆ ਇਹ ਗੱਲ ਠੀਕ ਆ ਕਿ ਪਿਛਲੇ ਲੰਬੇ ਸਮੇਂ ਤੋਂ ਸਾਰਾ ਸਿਸਟਮਿਕ ਢਾਂਜਾ ਗੱਤ ਸਿਸਟਮ ਨੂੰ ਇਗਨੋਰ ਕੀਤਾ ਗਿਆ ਪਾਣੀ ਦਾ ਮਸਲਾ ਜਿਹੜਾ ਸੀਗਾ ਪਾਣੀ ਜਿਹੜੇ ਸਾਡੇ ਜਿਸ ਤਰੀਕੇ ਨਾਲ ਸਾਡੇ ਸਰਸਸ ਸੀਗੇ ਕਿਸ ਤਰੀਕੇ ਦੇ ਨਾਲ ਪਾਣੀ ਪਹਿਲੋ ਖੇਤਾਂ ਨੂੰ ਪਹੁੰਚਦਾ ਹੁੰਦਾ ਸੀ ਬਿਜਲੀ ਆ ਗਈ ਬਿਜਲੀ ਤੋਂ ਸਾਡਾ ਕ੍ਰੌਪ ਪੈਟਰਨ ਇਦਾਂ ਦਾ ਹੋ ਗਿਆ ਫੇ ਉਹ ਖੇਤੀ ਕਰਨ ਦਾ ਸਾਡਾ ਤਰੀਕਾ ਉਸ ਕਿਸਮ ਦਾ ਹੋ ਗਿਆ ਕਿ ਵੱਡੇ ਵੱਡੇ ਖੇਤ ਚੋਂ ਪਾਣੀ ਥਲੇ ਜਮੀਨ ਦੇ ਉੱਤੇ ਲੈਂਡਵਾਸ ਫਲੋਟਿੰਗ ਔਨ ਅ ਸਵੀਟ ਵਾਟਰ ਉਤੋਂ ਕੱਢਣਾ ਸ਼ੁਰੂ ਕਰ ਦਿੱਤਾ ਸੌਖਾ ਹੋ ਗਿਆ ਨਹਿਰੀ ਪਾਣੀ ਅਸੀਂ ਨਹਿਰੀ ਸਿਸਟਮ ਨੂੰ ਖਤਮ ਕਰ ਦਿੱਤਾ ਤੁਹਾਨੂੰ ਯਾਦ ਹੋਵੇ ਕਿ 1997 98 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣਾਂ ਨੂੰ ਕੋਈ 200 ਕਰੋੜ ਰੁਪਏ ਸ਼ਾਇਦ ਮਿਲਿਆ ਸੀਗਾ ਕਿ ਨਹਿਰਾਂ ਨੂੰ ਅਸੀਂ ਠੀਕ ਕਰਨਾ ਉਹ ਨਹਿਰਾਂ ਟਰੈਕਟਰ ਵਾੜ ਕੇ ਜਿਹੜਾ ਮੇਰੇ ਖਿਆਲ ਜਿਹੜੇ ਕੁਝ ਲੋਕ ਕਹਿੰਦੇ ਆ ਕਿ ਜਿੰਨਾ ਪਾਣੀ ਦੀ ਇਨਟੇਕ ਉਦੋਂ ਹੁੰਦੀ ਸੀ ਉਹ ਇਨਟੇਕ ਘਟ ਗਈ ਉਹਨੂੰ ਬਹੁਤ ਸਾਇੰਟਿਫਿਕ ਤਰੀਕੇ ਦੇ ਨਾਲ ਜਿਹੜਾ ਹੈਗਾ ਸੀਗਾ ਉਹਨੂੰ ਉਹ ਲਈ ਸਾਫ਼ ਕੀਤਾ ਗਿਆ ਔਰ ਉਹ ਤੋਂ ਬਾਅਦ ਪਾਣੀ ਦੀ ਅਵੇਲੇਬਿਲਟੀ ਘਟ ਗਈ ਕਿਉਂਕਿ ਮੀਂਹ ਪੈਣੇ ਘਟ ਗਏ ਜਾਂ ਪਾਣੀ ਬਹੁਤ ਸਾਰਾ ਉਸ ਪਾਸੇ ਰੁੜ ਜਾਂਦਾ ਸੀ ਮੇਰੇ ਕਹਿਣ ਤੋਂ ਬਾਅਦ ਹੈਗਾ ਵਾ ਇਹ ਪਾਣੀ ਦਾ ਇੱਕ ਮਸਲਾ ਹੈਗਾ ਪਰ ਉਹਦੇ ਨਾਲ ਨਾਲ ਇਨਕਮ ਘਟਦੀ ਆ ਜਿੰਨੇ ਤੁਹਾਡੇ ਖਰਚੇ ਵਧ ਰਹੇ ਦਿਨ-ਬ-ਦਿਨ ਖੇਤੀ ਦੀ ਜਿਹੜੀ ਆਮਦਨ ਹੈਗੀ ਈਵਨ ਮੈਂ ਕਹਿੰਨਾ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵੀ ਲਾਗੂ ਪੂਰੀ ਤਰ੍ਹਾਂ ਕਰ ਦਿੱਤੀ ਜਾਵੇ ਐਮਐਸਪੀ ਤੇ ਉਹਨਾਂ ਦੀਆਂ ਫਸਲਾਂ ਵੀ ਖਰੀਦੀਆਂ ਜਾਣ ਪਰ ਉਹਨਾਂ ਦੀ ਜੇ 5 ਏਕੜ ਵਾਲਾ ਵਾਜਾ 7 ਏਕੜ ਵਾਲਾ ਕਿੰਨੀ ਉਹ ਜਿਹੜੀ 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 ਫੈਮਿਲੀ ਦੇ ਵਿੱਚ ਇਨਕਮ ਵੱਧ ਜਾਊਗੀ ਉਹ ਦਿਨੋਂ-ਦਿਨ ਜਿਹੜਾ ਉਹ ਹਾਸੀ ਵਾਲੇ ਪਾਸੇ ਤੁਰੇ ਜਾਂਦੇ ਆ ਤਾਂ ਇਹ ਜਿਹੜੀ ਉਹਨਾਂ ਦੀ ਖਾਸ ਕਰਕੇ ਜਿਹੜੀ ਐਕਸਪੈਕਟੇਸ਼ਨ ਆ ਜਿਹੜੀ ਕੈਪੇਬਿਲਟੀ ਆ ਜਿਹੜਾ ਉਹਦੇ ਵਿੱਚ ਮਿਸਮੈਚ ਹੋ ਰਿਹਾ ਵਾ ਉਹਦੇ ਲਈ ਇਨਸਿਕਿਉਰਟੀ ਪੈ ਉਹਦੇ ਲਈ ਇੱਕ ਕਿਸਮ ਦਾ ਮਤਲਬ ਜਿਹੜੀ ਹੈਗੀ ਇੱਕ ਬ੍ਰਾਂਡ ਪੈਦਾ ਕਰ ਰਿਆ ਜਿਹਦਾ ਕਾਰਨ ਇਹ ਹੈਗਾ ਕਿਹੇ ਸਮੇਂ ਤੇ ਇਹ ਕਿਸਾਨੀ ਸੀ ਜਿਨ੍ਹਾਂ ਨੇ ਬਹੁਤ ਵੱਡੇ ਦੁਨੀਆ ਦੇ ਵਿੱਚ ਬਹੁਤ ਸਾਰੇ ਰੈਵਲੂਸ਼ਨ ਕਿਸਾਨੀ ਲੈ ਕੇ ਆਈ ਆ ਪਰ ਬਹੁਤ ਸਾਰੇ ਜ਼ਾਲਿਮਾਂ ਦੇ ਨਾਲ ਵੀ ਕਿਸਾਨੀ ਜਿਹੜੀ ਲੜਦੀ ਰਹੀ ਇਹ ਆਪਣੇ ਦੇਸ਼ ਦੀ ਤਾਂ ਹੈਗੀ ਜਿਹੜੀ ਖਾਸ ਕਰਕੇ ਬਹੁਤ ਇਹਦੀਆਂ ਹੈਗੇ ਐਗਜ਼ਾਮਪਲਸ ਹੈਗੀਆਂ ਪੰਜਾਬ ਦੀ ਤਾਂ ਹੋਰ ਬਹੁਤ ਜ਼ਿਆਦੀ ਐਗਜ਼ਾਮਪਲਸ ਹੈਗੀਆਂ ਹ ਹਰ ਵੱਡੀ ਤਬਦੀਲੀ ਜਿਹੜੀ ਉਹ ਕਿਸਾਨੀ ਲੈ ਕੇ ਆਈ ਹੁਣ ਉਹੀ ਕਿਸਾਨ ਜਿਹੜੇ ਹੈਗੇ ਉਹ ਸੁਇਸਾਈਡ ਕਰ ਰਹੇ ਆ ਮਲੇਕਾ ਰੈਵੋਲੂশনারੀ ਜਿਹੜੀ ਤੁਹਾਡੀ ਐਫਰਟ ਦੇ ਉੱਤੋਂ ਸੁਸਾਈਸਾਈਡ ਕਰਨਾ ਭਾਵੇਂ ਉਹ ਇੰਡੀਵਿਜੂਅਲ ਕੇਸੇ ਚ ਹੋ ਰਿਹਾ ਕਿਉਂ ਹੋ ਰਿਹਾ ਤਾਣਾ ਬਾਣਾ ਟੁੱਟ ਰਿਹਾ ਸਮਾਜਿਕ ਤਾਣਾ ਬਾਣਾ ਟੁੱਟ ਰਿਹਾ ਤਾਂ ਕਿਸਾਨੀ ਦੀਆਂ ਮਲਟੀਪਲ ਜਿਹੜੇ ਜਿਹੜੇ ਇਸ਼ੂਸ ਹੈਗੇ ਆ ਸਿਰਫ ਉਹਦਾ ਖੇਤੀ ਵਾਲਾ ਇਸ਼ੂ ਨਹੀਂ ਆ ਚਾਹੇ ਉਹਦਾ ਇਕਨੋਮਿਕ ਐਸਪੈਕਟ ਨਹੀਂ ਆ ਉਹਦਾ ਸੋਸ਼ਲ ਐਸਪੈਕਟ ਵੀ ਹੈਗਾ ਵਾ ਉਹਦਾ ਪੋਲੀਟੀਕਲ ਐਸਪੈਕਟ ਵੀ ਹੈਗਾ ਵਾ ਕਿਉਂ ਉਹ ਧਿਰ ਤੇ ਬਣ ਜਾਂਦੀ ਆ ਵੋਟਾਂ ਪਾਉਣ ਵੇਲੇ ਪਰ ਉਹ ਮੁੜ ਕੇ ਤੁਸੀਂ ਦੇਖਿਆ ਹੋਣਾ ਪਹਿਲੇ ਸਮਿਆਂ ਦੇ ਵਿੱਚ ਕਿਸਾਨ ਨੂੰ ਕੌਣ ਲੁੱਟਦਾ ਆੜਤੀ ਹੈ ਨਾ ਹਰਤਵਾ ਤੋਂ ਬਾਅਦ ਵੱਡਾ ਜਿਹੜਾ ਇਹ ਬਿਜ਼ਨਸ ਸੀ ਪਹਿਲਾਂ ਹਿੰਦੂ ਭਾਈਚਾਰੇ ਕੋਲ ਹੁੰਦਾ ਸੀ ਸਾਰੇ ਪਿੰਡ ਦੇ ਕਿਸਾਨਾਂ ਵੱਡੇ ਕਿਸਾਨ ਜ਼ਿਮੀਂਦਾਰ ਜਿਹੜੇ ਹੈਗੇ ਉਹ ਆੜਤੀ ਬਣ ਗਏ ਉਹ ਸਾਰਾ ਜਿਹੜਾ ਇਹ ਜਿਹੜਾ ਹੈਗਾ ਸੀ ਟ੍ਰੇਡ ਉਹਨਾਂ ਦੇ ਕੋਲ ਚਲੇ ਗਿਆ ਤੁਸੀਂ ਉਹਨਾਂ ਦੇ ਨਾਲ ਜਿਹੜਾ ਐਕਸਪੀਰੀਅੰਸ ਹੈਗਾ ਉਹ ਬਹੁਤ ਵਧੀਆ ਐਕਸਪੀਰੀਅੰਸ ਨਹੀਂ ਹੈਗਾ ਤੁਸੀਂ ਬਹੁਤ ਸਾਰੀਆਂ ਸਟੱਡੀ ਅਸੀਂ ਖੋਜ ਸਟੱਡੀ ਕੀਤੀ ਆ ਕਿ ਇਹ ਜਿਹੜੇ ਜਿਹੜੇ ਖਾਸ ਕਰਕੇ ਜਦੋਂ ਇਹਨਾਂ ਨਾਲ ਵਾਹ ਪੈਂਦਾ ਵਾ ਤੇ ਉਹ ਤਾਂ ਫਿਰ ਬਹੁਤ ਜ਼ਿਆਦਾ ਸਾਰਾ ਕੁਝ ਉਹਨਾਂ ਦੇ ਕੋਲ ਆ ਇਦਾਂ ਦੀ ਆੜਤੀਆਂ ਵੀ ਹੈਗੇ ਆ ਕਿ ਜਿੰਨਾਂ ਕੋ ਪੈਟਰੋਲ ਪੰਪ ਵੀ ਹੈਗਾ ਵਾ ਜਿੰਨਾਂ ਕੋ ਖਾਦ ਦੇ ਸਟੋਰ ਵੀ ਹੈਗੇ ਆ ਜਿੰਨਾਂ ਕੋ ਸਾਰਾ ਕੁਝ ਆ ਤੇ ਸਰਕਾਰ ਨੇ ਹੁਣ ਦਿੱਤਾ ਵੀ ਉਹ ਪੈਸੇ ਕਿਸਾਨ ਦੇ ਖਾਤੇ 'ਚ ਜਾਣਗੇ ਨਹੀਂ ਤੇ ਕਿਸਾਨ ਦੇ ਖਾਤੇ 'ਚ ਪੈਸੇ ਪੰਜਾਬ ਲਾਸਟ ਸਟੇਟ ਹੈਗਾ ਵਾ ਕਿ ਜਿੱਥੇ ਕਿਸਾਨਾਂ ਦੇ ਪੈਸੇ ਸਿੱਧੇ ਖਾਤੇ 'ਚ ਜਾਣੇ ਸ਼ੁਰੂ ਹੋਏ ਕਿੰਨੀ ਵੱਡੀ ਰੈਜ਼ਿਸਟੈਂਸ ਸੀ ਉਹਦੇ ਵਿੱਚੋਂ ਫਿਰ ਤੁਹਾਡੀ ਤਾਕਤ ਜਿਹੜੀ ਹੈਗੀ ਉਹ ਕਿਸ ਸਮੇਂ 'ਚ ਕਿਸਾਨ ਮਤਲਬ ਕਿਸਾਨ ਉਹਦੇ ਵਿੱਚ ਜਿਹੜੇ ਹੈਗੇ ਸੀ ਕਿਸਾਨ ਯੂਨੀਅਨ ਦੇ ਲੀਡਰ ਤੁਹਾਡੇ ਦੇਖੋ ਸਰਕਾਰੀ بڑے بڑے ਅਹੁਦਿਆਂ ਦੇ ਵਿੱਚ ਸੀਗੇ ਵੜੀਆਂ-ਵੜੀਆਂ ਕਮੇਟੀਆਂ ਦੇ ਵਿੱਚ ਹੁੰਦੇ ਆ ਉਹ ਵੱਡੇ ਜ਼ਿੰਮੇਦਾਰ ਉਹਦੇ ਵਿੱਚੋਂ ਹੈਗੇ ਆ ਪਰ ਹੁਣ ਜਿਹੜੀ ਜਿਹੜਾ ਜਿਹੜਾ ਇਸ਼ੂ ਹੈਗਾ ਕਿ ਜਿਹੜੀ ਖਾਸ ਕਰਕੇ ਪੋਲਿਟিক্যাল ਵੇਕਿੰਗ ਜਿਹੜੀ ਅਵੇਰਨੈਸ ਆਈ ਆ ਉਹ ਸਮਾਲ ਤੇ ਮਾਰਜੀਨਲ ਫਾਰਮਰ ਦੇ ਵਿੱਚ ਜਾਂਦੀ ਆ ਮੂਵਮੈਂਟ ਉਹਦੇ ਕੋਲ ਹੈਗੀ ਆ ਉਸ ਜਿਹੜੀ ਕੈਟੇਗਰੀ ਨੂੰ ਇੱਕ ਸਟਰੋਂਗ ਲੀਡਰਸ਼ਿਪ ਦੀ ਡੈਮੋਕਰੈਟਿਕ ਲੀਡਰਸ਼ਿਪ ਦੀ ਇਨਲਾਈਟਨ ਲੀਡਰਸ਼ਿਪ ਦੀ ਤੇ ਜਿਹੜੀ ਲੀਡਰਸ਼ਿਪ ਉਹਨਾਂ ਚ ਉਪਜੀ ਹੋਵੇ ਇਹ ਬਹੁਤ ਮੁਸ਼ਕਲ ਗੱਲ ਆ ਕਿਉਂਕਿ ਜਿਹੜੇ ਕਿਸਾਨ ਹੁੰਦੇ ਆ ਇਹਨਾਂ 'ਚ ਯੂਨਿਟੀ ਲਿਆਉਣੀ ਕਾਫੀ ਮੁਸ਼ਕਲ ਹੋ ਜਾਂਦੀ ਹੈ ਇਹਨਾਂ 'ਚ ਫੈਕ ਇਹ ਜਿਹੜੀ ਡਿਜਿਟਿਵ ਹੋ ਜਾਂਦੀ ਆ ਕਲਚਰ ਥੋੜਾ ਜਿਹਾ ਹੁੰਦਾ ਉਸ ਕਿਸਮ ਦਾ ਹੁੰਦਾ ਸੈਲਫ ਆਟੋਨਮਸ ਹੁੰਦਾ ਵਾ ਤੇ ਪਰ ਇਸ ਤੋਂ ਬਿਨਾ ਹੋਰ ਕੋਈ ਵੇਅ ਆਊਟ ਨਹੀਂ ਆ ਕਿ ਕਿਸਾਨ ਇਕੱਠੇ ਹੁੰਦੇ ਆ ਮੁੱਦਿਆਂ ਦੀ ਗੱਲ ਕਰਦੇ ਆ ਏਜੰਡਾ ਬਣਾ ਰਹੇ ਮੈਨੂੰ ਤੇ ਲੱਗਦਾ ਕਿ 2024 ਦੇ ਵਿੱਚ ਕਿਸੇ ਨਾ ਕਿਸੇ ਨੈਸ਼ਨਲ ਪਾਰਟੀ ਨੂੰ ਇਹ ਆਪਣੇ ਏਜੰਡੇ ਚ ਲੈ ਕੇ ਆਉਣਾ ਉਹ ਪਾਊਗਾ ਕਿ ਅਸੀਂ ਜਿਹੜੀ ਹੈਗੀ ਆ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈਗੀ ਆ ਉਹ ਦਵਾਂਗੇ ਇਹ ਹੁਣ ਇਸ ਵੇਲੇ ਵੱਡੀਆਂ ਰਾਜਨੀਤਿਕ ਪਾਰਟੀਆਂ ਦੀ ਵਡੀਆਂ ਰਾਜਨੀਤਿਕ ਤਰ੍ਹਾਂ ਦੀ ਇਹ ਜਿਹੜੀ ਹੈਗੀ ਆ ਮਜਬੂਰੀ ਬਣ ਗਈ ਆ ਇਹ ਗੱਲ ਠੀਕ ਆ ਕਿ ਭਾਜਪਾ ਨੇ ਮੰਨ ਕੇ ਉਹ ਤੋਂ ਵਿਡਰੋ ਕੀਤਾ ਪਰ ਕਾਂਗਰਸ ਕੋਲ ਇਸ ਵੇਲੇ ਬਹੁਤ ਵੱਡੀ ਅਪਰਚੂਨਿਟੀ ਹੈਗੀ ਆ ਤੇ ਜੇ ਉਹ ਗਰੰਟੀ ਦਿੰਦੀ ਆ ਲਿਖ ਕੇ ਗਰੰਟੀ ਦਿੰਦੀ ਆ ਔਰ ਕਿਸਾਨਾਂ ਨੂੰ ਵੀ ਸਾਰਾ ਜ਼ੋਰ ਫੋਕਸ ਆਪਣੀ ਲੜਾਈ ਦਾ ਐਟ ਦਾ ਮੂਮੈਂਟ ਜਿਹੜਾ ਹੈਗਾ ਕਿਸਾਨਾਂ ਦੇ ਮੁੱਦਿਆਂ ਦੇ ਵਿੱਚ ਇਹਨਾਂ ਜੋ ਇੱਕ ਮੁੱਦਾ ਹੈਗਾ ਕਿ ਸਾਡੀ ਜਿਹੜੀ ਖਾਸ ਕਰਕੇ ਜਿਹੜੀ ਫਸਲ ਹੈਗੀ ਆ ਉਹਨੂੰ ਇਨਸ਼ੋਰ ਕੀਤਾ ਜਾਵੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਆ ਕਿ ਉਹਦੀ ਫਸਲ ਜਿਹੜੀ ਹੈਗੀ ਆ ਆਪਾਂ ਦੇਖਿਆ ਵੈਜੀਟੇਬਲ ਦਾ ਕੀ ਹਾਲ ਹੋਇਆ ਪਿਲੇ ਪਾਸ ਇਸ ਤੋਂ ਇਲਾਵਾ ਕਿਸਾਨਾਂ ਨੂੰ ਹੋਰ ਪੰਜਾਬ ਦੇ ਕਿਸਾਨਾਂ ਲਈ ਇੱਕ ਹੋਰ ਏਜੰਡਾ ਬਣਾਉਣ ਦੀ ਲੋੜ ਹੈਗੀ ਆ ਸਰਕਾਰਾਂ ਦੇ ਦਬਾਅ ਪਾਇਆ ਜਾਵੇ ਕਿ ਤੁਸੀਂ ਸਾਡਾ ਟ੍ਰੇਡ ਜਿਹੜਾ ਹੈਗਾ ਵਾ ਉਹ ਪਾਕਿਸਤਾਨ ਦੇ ਨਾਲ ਖੋਲੋ ਤੁਸੀਂ ਆਪਣੀਆਂ ਲੜਾਈਆਂ ਲੜਦੇ ਰਹੋ ਤੁਸੀਂ ਜੋ ਹੋਰ ਲੜਨਾ ਜਿੱਥੇ ਮਰਜ਼ੀ ਲੜੀ ਚਲੋ ਸਾਨੂੰ ਆਪਣਾ ਜਿਹੜਾ ਹੈਗਾ ਆਦਾਨ ਪ੍ਰਦਾਨ ਜਿਹੜਾ ਜਿਹੜਾ ਪਾਕਿਸਤਾਨ ਤੋਂ ਸਮਾਨ ਪੰਜਾਬ ਆਉਂਦਾ ਸੀਮੈਂਟ ਆਉਂਦਾ ਸੀਗਾ ਜਾਂ ਹੋਰ ਚੀਜ਼ਾਂ ਆਉਂਦੀਆਂ ਸੀ ਸਾਨੂੰ ਇੱਥੇ ਸਾਡਾ ਜਿਹੜਾ ਚੌਲ ਹੈ ਸਾਡਾ ਜਿਹੜਾ ਡੇਅਰੀ ਪ੍ਰੋਡਕਟਸ ਹੈਗਾ ਸਾਡੀਆਂ ਵੈਜੀਟੇਬਲਸ ਹੈਗੀਆਂ ਸਾਡਾ ਉਹ ਸਾਨੂੰ ਉੱਥੇ ਭੇਜਣ ਦਿੱਤਾ ਜਾਵੇ ਸਾਨੂੰ ਟ੍ਰੇਡ ਕਰਨ ਦਿੱਤਾ ਜਾਵੇ ਇਹ ਇੱਕ ਸਟਰੋਂਗ ਜਿਹੜੀ ਹੈਗੀ ਆ ਉਹ ਦੂਸਰੀ ਡਿਮਾਂਡ ਚਾਹੀਦੀ ਆ ਅਸੀਂ ਇੱਕ ਸਟੱਡੀ ਕੀਤੀ ਸੀ ਜਿੱਥੇ ਆਲ ਇੰਡੀਆ ਲੈਵਲ ਦੀ ਸਟੱਡੀ ਸੀਗੀ ਤੇ ਲੋਕਾਂ ਨੂੰ ਪੁੱਛਿਆ ਸੀਗਾ ਕਿ ਕਿਸ ਕਿਸਮ ਦੇ ਸਬੰਧ ਅਸੀਂ ਚਾਹੁੰਦੇ ਆ ਪਾਕਿਸਤਾਨ ਦੇ ਨਾਲ ਸਾਡੀ ਸਟੱਡੀ ਦੇ ਵਿੱਚ ਉਸ ਸਮੇਂ 96% ਲੋਕਾਂ ਨੇ ਕਿਹਾ ਸੀ ਪੰਜਾਬ ਦੇ ਲੋਕਾਂ ਨੇ ਜਿੱਥੇ ਸਾਰੇ ਭਾਈਚਾਰੇ ਸੀਗੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ ਉਹਨਾਂ ਕਹੇ ਸੀ ਸਾਡੇ ਸਬੰਧ ਪਾਕਿਸਤਾਨ ਨਾਲ ਵਧੀਆ ਹੋਣੇ ਚਾਹੀਦੇ ਆ ਜੇ ਸਾਡੇ ਸਬੰਧ ਵਧੀਆ ਹੋਣਗੇ ਤੇ ਅਸੀਂ ਇੱਥੇ ਪ੍ਰੋਸਪਰ ਹੋਵਾਂਗੇ ਤੋਂ ਇਸ ਕਰਕੇ ਇਹ ਏਜੰਡਾ ਵੀ ਜਿਹੜਾ ਉਹਦੇ ਵਿੱਚ ਕਰਨਾ ਚਾਹੀਦਾ ਹੈ ਐਸ ਵੇਲੇ ਲੋੜ ਹੈਗੀ ਆ ਕਿ ਜੁਨਾਈਟਡ ਹੋ ਕੇ ਕਿ ਕਿਸਾਨ ਮਨੋਰਥ ਪੱਤਰ ਬਣਾਇਆ ਜਾਵੇ ਸਾਰੀਆਂ ਮੰਗਾਂ ਉਹਦੇ ਵਿੱਚ ਜੋੜੀਆਂ ਜਾਣ ਆਲ ਇੰਡੀਆ ਲੈਵਲ ਤੇ ਸੰਯੁਕਤ ਕਿਸਾਨ ਮੋਰਚ ਬਹੁਤ ਲਿਟਰੇਰੀ ਲੋਕ ਬੈਠੇ ਆ ਬਹੁਤ ਪੜੇ ਲਿਖੇ ਲੋਕ ਬੈਠੇ ਆ ਵੱਡੇ ਵੱਡੇ ਜਿਹੜੇ ਐਗਰੀਕਲਚਰ ਦੇ ਜਿਹੜੇ ਲੀਡਰਸ ਆ ਮੈਂ ਸੈਂਟਿਸਟ ਚਲੋ ਹੈਗੇ ਹੈਗੇ ਆ ਜਿਨ੍ਹਾਂ ਤੁਸੀਂ ਤਕੈਸ਼ ਸਾਹਿਬ ਦੀ ਗੱਲ ਕੀਤੀ ਆ ਜਾਂ ਹੋਰ ਬਹੁਤ ਸਾਰੇ ਇਸ ਕਿਸਮ ਦੇ ਲੋਕ ਬੈਠੇ ਆ ਬਹੁਤ ਸਿਆੜੇ ਲੋਕ ਬੈਠੇ ਆ ਜਿਹੜੇ ਕਿਸਾਨਾਂ ਦੀ ਜਿਹੜੀਆਂ ਪ੍ਰੋਬਲਮ ਨੂੰ ਦੀ ਰਗ ਰਗ ਨੂੰ ਜਾਣਦੇ ਆ ਅਜੰਡਾ ਬਣਾਉਣ ਦੀ ਲੋੜ ਆ ਅਜੰਡਾ ਪੁਸ਼ ਕਰਨ ਦੀ ਲੋੜ ਆ ਔਰ ਧਿਰ ਬਣਨ ਦੀ ਲੋੜ ਆ ਹੁਣ ਸਾਨੂੰ ਸੰਗਣ ਦੀ ਲੋੜ ਨਹੀਂ ਹੈਗੀ ਕਿਸਾਨਾਂ ਨੂੰ ਇਸ ਆਉਂਦੀ ਇਲੈਕਸ਼ਨ ਦੇ ਵਿੱਚ ਅਜੰਡਾ ਬਣਾ ਕੇ ਪਾਰਟੀਆਂ ਨੂੰ ਸੱਦ ਕੇ ਜਿਹੜੀ ਪਾਰਟੀ ਉਹਦੇ ਉੱਤੇ ਗਰੰਟੀ ਦਿੰਦੀ ਆ ਉਸ ਪਾਰਟੀ ਦੇ ਨਾਲ ਧਿਰ ਬਣਨਾ ਪਊਗਾ ਮੈਨੂੰ ਲੱਗਦਾ ਹੈ ਕਿ ਇਹ ਇਹੋ ਜਿਹਾ ਐਕਸਪੈਰੀਮੈਂਟ ਇੱਕ ਛੋਟੇ ਲੈਵਲ ਦੇ ਉੱਤੇ ਕਰਨਾਟਕਾ ਦੇ ਵਿੱਚ ਸ਼ੁਰੂ ਹੋਇਆ ਵਾ ਤੇ ਜੇ ਉਸੇ ਨੂੰ ਫਰਦਰ ਪਰਸੂ ਕਰਕੇ 18 ਸਾਡੇ ਕੋਲ ਸਟੇਟਾਂ ਹੈਗੀਆਂ ਜਿਹੜੀਆਂ ਐਗਰੀਕਲਚਰ ਡੋਮਿਨੈਂਟ ਸਟੇਟਸ ਹੈਗੀਆਂ ਠਾਈਆਂ ਸਟੇਟਾਂ ਦੇ ਵਿੱਚੋਂ ਔਰ ਜੇ ਸਾਰੀਆਂ ਸਟੇਟਾਂ ਜਿਹੜੀਆਂ ਹੈਗੀਆਂ ਉਹ ਇਕੱਠੀਆਂ ਹੋ ਜਾਣ ਕਿਸਾਨ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਕਿਸਾਨਾਂ ਦੀ ਬੋਲੀ ਇੱਕ ਹੋਣੀ ਸ਼ੁਰੂ ਹੋ ਗਈ ਹੈ ਕਿਸਾਨ ਇੱਕ ਦੂਜੇ ਦਾ ਦੁੱਖ ਸੁੱਖ ਸਮਝਣਾ ਸ਼ੁਰੂ ਕਰ ਦਿੱਤਾ ਸਾਰੇ ਕਿਸਾਨ ਕਰਾਈਸਿਕ ਦਾ ਮੈਂ ਵੱਡੇ ਵੱਡੇ ਜ਼ਿਮੀਂਦਾਰ ਜ਼ਗੀਰਦਾਰ ਤੇ ਜਿਹਨਾਂ ਦੇ ਰਾਈਸ ਮਿਲ ਵਾ ਤੇ ਜਿਹੜੇ ਵੱਡੇ ਵੱਡੇ ਪੈਟਰੋਲ ਪੰਪਾਂ ਵਾਲੇ ਤੇ ਵੱਡੇ ਵੱਡੇ ਲੀਡਰਾਂ ਦੀ ਗੱਲ ਨਹੀਂ ਕਰਦਾ ਕਿਸਾਨ ਯੂਨੀਅਨ ਦੇ ਵਿੱਚ ਬੜੇ ਬੜੇ ਉਹ ਵੀ ਹੈਗੇ ਤਣਾੜ ਲੋਕ ਵੀ ਹੈਗੇ ਆ ਉਹਨਾਂ ਦਾ ਏਜੰਡੇ ਦੀ ਮੈਂ ਗੱਲ ਨਹੀਂ ਕਰਦਾ ਮੈਂ ਥੱਲੇ ਜਿਹੜੀ ਹੈਗੀ ਲੀਡਰਸ਼ਿਪ ਜਿਹੜੀ ਹੈਗੀ ਆ ਉਹਨਾਂ ਦੀ ਗੱਲ ਕਰਦਾ ਇਸ ਕਿਸਮ ਦੀ ਸਾਨੂੰ ਪੋਲੀਟੀਕਲ ਡਿਸਕੋਰਸ ਜਿਹੜਾ ਕਿਸਾਨਾਂ ਨੂੰ ਚਲਾ ਕੇ ਤਾਂ ਹੀ ਕਿਸਾਨਾਂ ਦੇ ਮਸਲਿਆਂ ਦਾ ਹੱਲ ਲੱਭਿਆ ਜਾ ਸਕਦਾ ਬਿਲਕੁਲ ਜਦੋਂ ਤੁਸੀਂ ਗਰੰਟੀ ਦੀ ਗੱਲ ਕਰਦੇ ਹੋ ਨਾ ਤਾਂ ਸ਼ਾਇਦ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਬੀਬੀ ਅਨਮੋਲ ਗਗਨ ਮਾਨ ਜਿਹੜੇ ਮੌਜੂਦਾ ਮੰਤਰੀ ਨੇ ਪੰਜਾਬ ਦੇ ਉਹਨਾਂ ਦੀ ਉਹ ਵੀਡੀਓ ਕਲਿੱਪ ਜਿਹਦੇ ਵਿੱਚ ਉਹ ਦਾਵਾ ਕਰਦੇ ਹੁੰਦੇ ਸੀਗੇ ਅਹੀ ਗਰੰਟੀ ਦਿੰਨੇ ਆ ਸਾਡੀ ਸਰਕਾਰ ਬਣਾ ਦੇ ਉਹ 50 ਮਿੰਟਾਂ ਦੇ ਵਿੱਚ ਐਮਐਸਪੀ ਦੇਾਂਗੇ ਪੜਾ ਸਬਜ਼ੀਆਂ ਫਸਲਾਂ ਸਾਰਿਆਂ ਦੇ ਉੱਤੇ ਮੁੜ ਕੇ ਉਹਨਾਂ ਨੇ ਫਿਰ ਮਾਫੀ ਮੰਗੀ ਕਿ ਮੈਨੂੰ ਨਹੀਂ ਸੀ ਪਤਾ ਕਿ ਇਹ ਮਸਲਾ ਇੰਨਾ ਪੇਚੀਦਾ ਆ ਤੇ ਹੁਣ ਸਰਕਾਰ ਇਹ ਵੀ ਗਰੰਟੀਆਂ ਦਿੰਦੇ ਆਏ ਨੇ ਕਿਸਾਨਾਂ ਨੂੰ ਆ ਗਰੰਟੀ ਉਹ ਗਰੰਟੀ ਪਰ ਕਿਸਾਨਾਂ ਨੂੰ ਵੀ ਪਤਾ ਐਵੇਂ ਨਹੀਂ ਤਬਦੀ ਧੁੱਪ ਦੇ ਵਿੱਚ ਜਿਹੜਾ ਜਾ ਕੇ ਉੱਥੇ ਸਤਾਈ ਨੂੰ ਧਰਨਾ ਲਾਉਣਾ ਮੁੱਖ ਮੰਤਰੀ ਸਾਹਿਬ ਦੇ ਘਰ ਵਾਲ ਨੂੰ ਤੁਰਨਾ ਯਾਰ ਅਗਲੀ ਗੱਲ ਪ੍ਰੋਫੈਸਰ ਮੈਂ ਕਿਉਂਕਿ ਜਦੋਂ ਗੱਲ ਆਉਂਦੀ ਹੈ ਨਾ ਕਿ ਕਿਸਾਨਾਂ ਦੇ ਮਸਲਿਆਂ ਨੂੰ ਜਾਂ ਓਵਰਆਲ ਪੰਜਾਬ ਦੇ ਜਾਂ ਦੇਸ਼ ਦੇ ਲੋਕਾਂ ਦੇ ਮਸਲਿਆਂ ਨੂੰ ਕਿਵੇਂ ਕੇਂਦਰ ਉਹਨਾਂ ਨੂੰ ਟੈਕਲ ਕਰ ਸਕਦਾ ਹੈ ਗੱਲ ਇਹ ਹੈ ਕਿ ਇਹ ਮਹਾਗਠ ਜੋੜ ਦੇ ਪਾਸੇ ਤੁਰੇ ਹੋਏ ਨੇ ਵਿਰੋਧੀ ਧਿਰ ਆਪੋਜੀਸ਼ਨ ਚ ਜਿਹੜੇ ਬੈਠੇ ਨੇ ਕੇਜਰੀਵਾਲ ਸਾਹਿਬ ਭਾਵੇਂ ਉਧਰੋਂ ਕਾਂਗਰਸ ਤੋਂ ਸਹਿਯੋਗ ਮੰਗ ਰਹੇ ਨੇ ਕਿੰਨੇ ਸ਼ਾਇਦ ਚਾਹ ਪਾਣੀ ਤੇ ਗੱਲਬਾਤ ਵੀ ਹੋ ਜੇ ਰਾਹੁਲ ਗਾਂਧੀ ਹੋਰਾਂ ਨਾਲ ਪਰ ਨਾਲੋ ਨਾਲ ਜਿਹੜਾ ਪੰਜਾਬ ਦੇ ਵਿੱਚ ਸਿਕੰਜਾ ਕੱਸਿਆ ਜਾ ਰਿਹਾ ਹੈ ਕਾਂਗਰਸੀ ਮੰਤਰੀਆਂ ਤੇ ਐ ਇੱਕ ਹੋਰ ਖਬਰ سامنے ਆਈ ਹੈ ਕਿ ਉਹਨਾਂ ਦੇ ਇੱਕ ਐਮ.ਐਲ.ਏ ਦਾ ਫਾਲਸ ਗਰੁੱਪ ਦੇ ਨਾਲ ਨਾਂ ਜੁੜਿਆ ਉਹਦੇ ਤੇ ਪਰਚਾ ਦੇ ਦਿੱਤਾ ਸਾਬਕਾ ਐਮ.ਐਲ.ਏ ਨੇ ਮੰਤਰੀ ਸਾਹਿਬਕਰ ਰਹੇ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਵਾਲੇ ਪਾਸੇ ਨੂੰ ਤੁਰ ਪਈ ਹੈ ਸਰਕਾਰ ਕਿ ਪੰਚਾਇਤ ਵਿਭਾਗ ਦੇ ਵਿੱਚ ਜਿਹੜੀਆਂ ਪੱਕੇ ਕੀਤੇ ਗਏ ਮੁਲਾਜ਼ਮ ਉਹਨਾਂ ਦੇ ਮਾਮਲੇ ਦੇ ਵਿੱਚ ਦੇਖੋ ਜੋ ਕੁਝ ਹੋਇਆ ਇਹਦਾ ਮੰਨਣਾ ਪੈਣਾ ਕਾਂਗਰਸ ਨੂੰ ਵੀ ਜਾਂ ਜਿਹੜੇ ਜਿੰਨਾ ਉੱਤੇ ਵੀ ਕਾਰਵਾਈ ਹੁੰਦੀ ਹੈ ਕਿ ਇਹਨੂੰ ਜੇ ਸਿਆਸੀ ਦੌਰ ਉੱਤੇ ਨਾਂ ਵੀ ਦੇਖਿਆ ਜਾਵੇ ਤਾਂ ਘੱਟੋ-ਘੱਟ ਇਹ ਆ ਕਿ ਭ੍ਰਿਸ਼ਟਾਚਾਰਤਾ ਹੋਇਆ ਇਹ ਸਭ ਨੂੰ ਪਤਾ ਆ ਤੇ ਕੀ ਉਹਦੇ ਉੱਤੇ ਕਾਰਵਾਈ ਕਰਨ ਦੇ ਨਾਂ ਦੇ ਉੱਤੇ ਇਧਰ ਕਾਂਗਰਸ ਕਹਿੰਦੀ ਹੈ ਕਿ ਦੇਖੋ ਜੀ ਸਾਨੂੰ ਤਾਂ ਸਾਥ ਨਹੀਂ ਦਿੱਤਾ ਜਾ ਰਿਹਾ ਪੰਜਾਬ ਸਾਡੇ ਨਾਲ ਐ ਹੋ ਰਿਹਾ ਪ੍ਰਤਾਪ ਸਿੰਘ ਬਾਜਵਾਹਰੀ ਕਹਿੰਦੇ ਨੇ ਇਹ ਸਭ ਦੇ ਵਿਚਾਲੇ ਮੈਂ ਨਾਲ ਨਾਲ ਕਈ ਸਵਾਲ ਜੋੜ ਰਿਆਂ ਇਹਦੇ ਵਿੱਚ ਤਾਂ ਕਿ ਆਪਾਂ ਇਹਨੂੰ ਆਖਰੀ ਸਵਾਲ ਹੀ ਰੱਖੀਏ ਜਿਹੜੀ ਤਾਨਾਸ਼ਾਹੀ ਨੂੰ ਲੈ ਕੇ ਚਰਚਾ ਹੁੰਦੀ ਹੈ ਕਿ ਭਾਜਪਾ ਦੀ ਤਾਨਾਸ਼ਾਹੀ ਦੇ ਖਿਲਾਫ ਆਪਾਂ ਚੱਲੀਏ ਜੋ ਉਹਨਾਂ ਨੇ ਕੇਂਦਰੀ ਪੱਧਰ ਦੇ ਉੱਤੇ ਮਹਾਜ ਖੋਲ੍ਹਿਆ ਹੋਇਆ ਹੈ ਰਾਜਪਾਲ ਗਵਰਨਰਾਂਾਂ ਜਰੀਏ ਜਾਂ ਹੋਰ ਕਿਸੇ ਵੀ ਢੰਗ ਦੇ ਨਾਲ ਆਰਡੀਨੈਂਸ ਲਿਆਂਦਾ ਜਾਂ ਜਿਸ ਵੀ ਢੰਗ ਦਾ ਲਿਆਂਦਾ ਵਿੱਚ ਵਿੱਚ ਇਹ ਵੀ ਚਰਚਾ ਹੈ ਕਿ ਕੋਈ ਗੱਲ ਨਹੀਂ ਕਦੋਂ ਤੱਕ ਤਾਨਾਸ਼ਾਹੀ ਅਰੂਸਲਾ ਹਾਲ ਦੇਖ ਹੀ ਲਿਆ ਫੌਜ ਜਿਹੜੀ ਆ ਉਹ ਬਗਾਵਤ ਕਰ ਚੁੱਕੀ ਐ ਇੱਕ ਥੜੇ ਨੇ ਬਗਾਵਤ ਕੀਤੀ ਤੇ ਉਥੇ ਹੱਥ ਪੈਰਾਂ ਦੀ ਪਈ ਹੋਈ ਐ ਕਿ ਭਾਰਤ ਦੇ ਵਿੱਚ ਵੀ ਕੱਲ ਨੂੰ ਇਹੋ ਜਿਹੇ ਹਾਲਾਤ ਦੇਖੇ ਜਾ ਸਕਦੇ ਨੇ ਜਿਵੇਂ ਉਹ ਬਾਮਾ ਸਾਹਿਬ ਨੇ ਕਿਹਾ ਕਿ ਜੀ ਭਾਰਤ ਕਈ ਟੁਕੜਿਆਂ ਦੇ ਵਿੱਚ ਵੰਡਿਆ ਜਾ ਸਕਦਾ ਜਿਹੋ ਜਿਹੇ ਹਾਲਾਤ ਇਹਨਾਂ ਨੇ ਭਾਰਤ 'ਚ ਬਣਾਏ ਨੇ ਨਹੀਂ ਮੈਂ ਬਾਮਾ ਸਾਹਿਬ ਤੋਂ ਗੱਲ ਕਰਦੀ ਉਹਨਾਂ ਨੇ ਇਦਾਂ ਨਹੀਂ ਕਿਹਾ ਉਹਨਾਂ ਨੇ ਕਿਹਾ ਕਿ ਜੀ ਮਿਨੋਰਟੀਜ਼ ਦੇ ਬਾਰੇ ਉਹਨਾਂ ਨੇ ਕਿਹਾ ਸੀਗਾ ਵੀ ਇਹਨਾਂ ਨੂੰ ਜਿਹੜਾ ਕਿਉਂਕਿ ਬਾਹਰ ਬਦਨਾਮੀ ਬਹੁਤ ਹੋ ਰਹੀ ਆ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਦੇਸ਼ਾਂ ਦੇ ਵਿੱਚ ਭਾਵੇਂ ਕਿ ਇਹਨਾਂ 'ਚ ਬਹੁਤ ਸਾਰੇ ਜਿਹੜੇ ਇੱਥੇ ਲੋਕ ਰਹਿੰਦੇ ਆ ਉਹ ਪੰਜਾਬ ਦੇ ਜਿਹੜੇ ਗਰਾਊਂਡ ਹਾਲਾਤ ਆ ਉਹਦੇ ਬਾਰੇ ਉਹਨੇ ਵਕਤ ਪਣਈਆਂ ਪਰ ਕਿਉਂਕਿ ਜਿਹੜਾ ਬੰਦਾ ਦੂਰ ਰਹਿੰਦਾ ਹੁੰਦਾ ਉਹਨੂੰ ਚਿੰਤਾ ਵੀ ਜ਼ਿਆਦਾ ਹੁੰਦੀ ਆ ਤੋ ਇਹ ਇਹ ਜਿਹੜਾ ਉਹਨਾਂ ਨੇ ਅਵਮਾ ਸਾਹਿਬ ਨੇ ਇਹ ਗੱਲ ਕਹਿਣੀ ਜਿਹੜੀ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈਗੀ ਆ ਵੀ ਇਹ ਐਵੇਂ ਬਾਹਰ ਦੁਨੀਆ ਨੂੰ ਸਬਕ ਨਾ ਸਿਖਾਉਂਦੇ ਫਿਰੋ ਤੇ ਇਹ ਐਵੇਂ ਪ੍ਰਚਾਰ ਨਾ ਕਰੋ ਉਹਦੇ ਵਿੱਚੋਂ ਆਪਣੀ ਪੀੜੀ ਥੱਲੇ ਵੀ ਛੋਟਾ ਜਿਹੜਾ ਤੁਸੀਂ ਉਹਨੂੰ ਫੇਰੋ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਕਾਂਗਰਸ ਮੈਂ ਕਿਹਨਾ ਇਹਨੂੰ ਆਪਾਂ ਕਈ ਤੁਸੀਂ ਸਵਾਲ ਬਹੁਤ ਸਾਰੇ ਪੁੱਛਲੇ ਤੇ ਬਹੁਤ ਸਾਰੇ ਪਾਰਟਸ ਇਹ ਗੱਲ ਹੋਣੀ ਚਾਹੀਦੀ ਸੀ। ਭਗਵੰਤ ਮਾਨ ਹੋਣਾਂ ਦੀ ਪਾਪੂਲਰਿਟੀ ਜਾਂ ਭਗਵੰਤ ਮਾਨ ਹੋਣਾਂ ਦੀ ਕ੍ਰੈਡੀਬਿਲਿਟੀ ਇਸੇ ਗੱਲ ਦੇ ਵਿੱਚ ਆ ਕਿ ਜੇ ਉਹ ਕਰਪਸ਼ਨ ਨੂੰ ਮੁੱਦਾ ਬਣਾਇਆ ਤੇ ਉਹ ਕਰਪਸ਼ਨ ਦੇ ਵਿੱਚ ਜੇ ਜਿਹੜੇ ਵੀ ਬੰਦੇ ਇਨਵੋਲਵ ਹੈਗੇ ਸੀ ਉਹ ਕਰਪਸ਼ਨ ਬਹੁਤ ਵੱਡਾ ਮੁੱਦਾ ਸੀ ਪੰਜਾਬ ਦੇ ਵਿੱਚ ਇਲੈਕਸ਼ਨ ਦੇ ਵਿੱਚ ਔਰ ਇਹ ਜਿਹੜੇ ਪੁਰਾਣੇ ਕਾਂਗਰਸੀ ਅਕਾਲੀ ਵੱਡੇ ਵੱਡੇ ਲੀਡਰ ਸੀਗੇ ਇਹ ਇਹ ਤਾਂ ਮਤਲਬ ਛੱਟ ਗਏ ਪੰਜਾਬ ਨੂੰ ਇਹਨਾਂ ਪਰਵਾਹ ਹੀ ਨਹੀਂ ਕੀਤੀ ਨਾਲੇ ਤੇ ਇਹਨਾਂ ਨੇ ਸਾਰਾ ਕੰਮ ਕੀਤਾ ਨਾਲੇ ਧੌਂਸ ਵਿਖਾ ਲਈ ਆ ਤੇ ਨਾਲੇ ਕਹਿੰਦੇ ਵੀ ਸਾਡਾ ਕਰ ਲੋ ਜੋ ਕੁਝ ਕਰਨਾ ਪਰ ਸਮੱਸਿਆ ਭਗਵੰਤ ਮਾਨ ਹੁਣਾਂ ਦੀ ਹੈ ਕਿ ਇਹ ਪਾਰਟ ਬਹੁਤ ਪੋਜੀਟਿਵ ਹੈ ਇਹ ਉਹਨਾਂ ਦੀ ਪਪੂਲੈਰਿਟੀ ਨੂੰ ਜਿਹੜਾ ਹੈਗਾ ਹੋਰ ਜਿਹੜਾ ਲੋਕਾਂ ਦੇ ਨੇੜੇ ਲੈ ਕੇ ਜਾਂਦਾ ਵਾ ਉਹਨਾਂ ਨੂੰ ਬਹੁਤ ਹਾਰਮਨ ਬਣਾਉਂਦਾ ਪਰ ਭਗਵੰਤ ਮਾਨ ਹੁਣਾਂ ਦੀ ਸਮੱਸਿਆ ਇਹ ਹੈ ਕਿ ਉਹ ਇਸ ਮਾਮਲੇ 'ਚ ਇੰਡੀਪੈਂਡੈਂਟ ਨਹੀਂ ਹੈਗਾ ਉਹਨਾਂ ਦੀ ਜਿਹੜੀ ਉਹਨਾਂ ਦੀ ਜ਼ਿੰਮੇਵਾਰੀਆਂ ਬਹੁਤ 파ਤੀਆਂ ਇੱਕ ਤਾਂ ਉਹਨਾਂ ਨੂੰ ਜਾ ਕੇ ਕੇਜਰੀਵਾਲ ਸਾਹਿਬ ਦੇ ਕੋਲ ਹਾਜ਼ਰੀ ਲਗਵਾਉਣੀ ਪੈਂਦੀ ਆ ਉਹਨਾਂ ਨੂੰ ਨਾਲ ਲੈ ਕੇ ਕੇ ਹੋਰ ਸਟੇਟ 'ਚ ਜਾਣਾ ਪੈਂਦਾ ਜਿੱਥੇ ਇਲੈਕਸ਼ਨ ਹੁੰਦੀ ਆ ਉੱਥੇ ਜਾਣਾ ਪੈਂਦਾ ਜਿੱਥੇ ਉਹ ਉਹਨਾਂ ਨੇ ਆਰਡੀਨੈਂਸ ਕੀਤਾ ਵਾ ਉਹ ਮੁੱਖ ਮੰਤਰੀਆਂ ਮੰਤਰੀਆਂ ਦੇ ਕੋਲ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਪੈਂਦੀ ਆ ਜਾਂ ਉਹ ਕਹਿਣ ਤੋਂ ਭਾਵ ਹੈਗਾ ਕਿ ਜੇ ਭਗਵੰਤ ਮਾਨ ਹੋਣੇ ਇੰਡੀਪੈਂਡੈਂਟ ਆਟੋਨਮਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹ ਮੁੱਦਿਆਂ ਨੂੰ ਲੈ ਕੇ ਜਿਹੜੀ ਤੁਸੀਂ ਕਰਪਸ਼ਨ ਦੀ ਗੱਲ ਕੀਤੀ ਆ ਪਾਣੀ ਜੋ ਕੋਸ਼ਿਸ਼ ਕਰ ਰਹੇ ਆ ਉਹਦੇ ਵਿੱਚੋਂ ਤੇ ਜਾਂ ਹੋਰ ਇਦਾਂ ਦੇ ਕੰਮ ਕਰ ਰਹੇ ਆ ਜੇ ਨੌਕਰੀਆਂ ਵੀ ਦਿੱਤੀਆਂ 30000 ਨੌਕਰੀ ਦਿੱਤੀ ਆ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਦੂਸਰਿਆਂ ਦੇ ਮੁਕਾਬਲੇ ਤੇ ਬਹੁਤ ਠੀਕ ਠਾਕ ਪਰ ਹੁਣ ਭਗਵੰਤ ਮਾਨ ਹੋਣਾ ਦੇ ਗੱਲ ਲੜਾਈ ਪਾਤੀ ਵੀ ਦਿੱਲੀ ਦਾ ਮਸਲਾ ਦਿੱਲੀ ਵਾਲਾ ਕੇਜਰੀਵਾਲ ਨੇ ਜਿੱਥੇ ਹੂੰ ਉਹ ਕਿਉਂ ਸਾਡਾ ਜਿਹੜਾ ਹੈਗਾ ਕਾਂਗਰਸ ਦੇ ਨਾਲ ਜੋੜਦੇ ਉਹਦੇ ਵਿੱਚੋਂ ਕਰਕੇ ਜਾਂ ਹੋਰ ਕਿਸੇ ਦੇ ਨਾਲ ਜੋੜਦੇ ਮੈਨੂੰ ਲੱਗਦਾ ਕਿ ਪਹਿਲੀ ਵਾਰੀ ਕੇਜਰੀਵਾਲ ਨੂੰ ਇਹ ਸਮਝ ਆਈ ਹੈ ਕਿਉਂਕਿ ਇਹ ਅਜੇ ਤੱਕ ਉਹ ਤੁਸੀਂ ਦੇਖਿਆ ਹੋਣਾ ਕਿ ਅੱਪਾਂ ਵੀ ਕਦੇ ਡਿਸਕਸ ਕੀਤਾ ਵੀ ਖੇਜਰੀਵਾਲ ਹੈ ਕੀ ਚੀਜ਼ ਵਾ ਇਹ ਸੰਸਥਾ ਆਪਣੇ ਆਪ ਦੇ ਵਿੱਚ ਇਹ ਕੋਈ ਫਿਲਾਸਫਰ ਹੈ ਜਾਂ ਇਹ ਕੋਈ ਬਹੁਤ ਵੱਡਾ ਜਿਹੜਾ ਹੈਗਾ ਕੋਈ ਸੈਂਟਿਸਟ ਹੈ ਇਹ ਹੈ ਕੀ ਚੀਜ਼ ਇਕੋ ਸਭ ਬਾਤੋ ਉਪਜਿਆ ਹੋਇਆ ਵਿਅਕਤੀ ਆ ਕਿ ਜਿਹਨੇ ਟਿਪਿਕਲੀ ਮੈਕੀਵਲੀਅਨ ਪੋਲਿਟਿਕਸ ਯੂਜ਼ ਕਰਕੇ ਸਾਰਿਆਂ ਨੂੰ ਜਿਹੜੇ ਬੰਦੇ ਜਿਹੜੇ ਥੱਲੇ ਜਿਹੜੇ ਬੁਲਾਉਣ ਵਾਲੇ ਸੀ ਜਿਹੜੇ ਥੰਮ ਸੀਗੇ ਉਹਨਾਂ ਨੂੰ ਲਾਂਬੇ ਸੁੱਟ ਕੇ ਇਹ ਅੱਗੇ ਜਿਹੜਾ ਦੌੜਨ ਵਾਲਾ ਜਾਂ ਆਪਣੇ ਆਪ ਨੂੰ ਸੈਲਫ ਜਿਹੜਾ ਪ੍ਰੋਕਲੇਮਡ ਸੁਪਰ ਓਨੈਸਟ ਕਹੋਣ ਵਾਲਾ ਬੰਦਾ ਜਿਹੜਾ ਨਾਲ ਆਪਣਾ ਲੈ ਕੇ ਸਾਰੇ ਜਿਹੜੇ ਜੈਸਮਨ ਆ ਉਹਨਾਂ ਨੂੰ ਲਾ ਕੇ ਅੱਗੇ ਚੱਲਣ ਵਾਲਾ ਬੰਦਾ ਸੀ ਅੱਜ ਤੱਕ ਦੇ ਸਾਰਿਆਂ ਨੂੰ ਬੇਈਮਾਨ ਕਹਿੰਦਾ ਸੀਗਾ ਕਾਂਗਰਸ ਬੇਈਮਾਨਾ ਫਲਾਨਾ ਵੀ ਬੇਈਮਾਨਾ ਢੀਂਗੜਾ ਵੀ ਬੇਈਮਾਨਾ ਇਹ ਬੇਈਮਾਨਾ ਇਹੋ ਜੀ ਰਾਜਨੀਤੀ ਸੁਖਵਿੰਦਰ ਜੀ ਬਹੁਤ ਦਿਰ ਚੱਲਣੀ ਨਹੀਂ ਹੈ ਇਹ ਮੇਰੀ ਗੱਲ ਤੁਸੀਂ ਨੋਟ ਕਰ ਲਿਓ ਇੰਦਾ ਦੀ ਏਡੇ ਵੱਡੇ ਦੇਸ਼ ਦੇ ਵਿੱਚ ਜਿਹਦੇ ਚ ਇੰਨੀ ਵੱਡੀ ਡਾਈਵਰਸਿਟੀ ਹੈਗੀ ਆ ਭਾਜਪਾ ਦੇ ਵਿੱਚ ਇਸ ਕਿਸਮ ਦਾ ਜਿਹੜਾ ਸਾਰਾ ਹੋਰ ਕਈ ਰੀਜਨਲ ਲੀਡਰਸ ਹੈਗੇ ਆ ਤੇ ਇੱਕ ਬੰਦਾ ਇੱਕ ਹਾਲਾਤ ਚੋਂ ਉੱਠ ਕੇ ਕਵੇ ਵੀ ਮੈਂ ਹੀ ਪਤਾ ਨਹੀਂ ਪ੍ਰਧਾਨ ਮੰਤਰੀ ਦੇ ਸੁਪਨੇ ਇਹ ਗੱਲ ਤੁਸੀਂ ਨੋਟ ਕਰ ਲਿਓ ਪੰਜਾਬ ਦੇ ਵਿੱਚ ਇਹਨਾਂ ਨੂੰ ਮжоਰਿਟੀ ਮਿਲ ਗਈ ਦਿੱਲੀ ਦੇ ਵਿੱਚ ਚਲੋ ਮਿਲ ਹੀ ਗਈ ਸੀ ਉਸ ਤੋਂ ਬਾਅਦ ਕੋਈ ਬਹੁਤ ਜ਼ਿਆਦਾ ਇਹਨਾਂ ਦੇ ਬਹੁਤ ਜ਼ਿਆਦੀ ਇਹਨਾਂ ਦੀ ਉਹ ਇਹਨਾਂ ਦੀ ਪਹੁੰਚ ਨਹੀਂ ਹੈਗੀ ਪੰਜ ਸੱਤ ਸਾਲ ਤੱਕ ਮੈਨੂੰ ਨਹੀਂ ਲੱਗਦਾ ਕਿ ਇਹ ਉਹਨੂੰ ਸਸਟੇਨ ਕਰ ਸਕੇ ਪਾਰਟੀ ਕਿਹੜੀ ਹੈ ਦੋ ਹੀ ਬੰਦੇ ਆ ਹੈ ਜਿੱਥੇ ਚਲੇ ਜਾਂਦੇ ਮਗਰੋਂ ਕੰਮ ਠੱਪ ਹੋ ਜਾਂਦਾ ਭਗਵੰਤ ਮਾਨ ਜੀ ਦੋ ਤਿੰਨ ਦਿਨ ਬਾਹਰ ਚੱਲ ਜਾਂਦੇ ਆ ਉਹ ਮਗਰੋਂ ਲੋਕੀ ਰੌਲਾ ਪਾਉਣ ਡੈ ਪੈਂਦੇ ਆ ਵੀ ਇੱਥੇ ਤੇ ਸਮੱਸਿਆ ਲਾਂਡ ਆਰਡਰ ਦੀ ਆ ਇੱਥੇ ਦੂਸਰੀ ਸਮੱਸਿਆ ਹੈਗੀ ਇੱਥੇ ਤੀਸਰੀ ਸਮੱਸਿਆ ਕਾਂਗਰਸ ਨੂੰ ਕੇਜਰੀਵਾਲ ਦੇ ਅੱਗੇ ਮੈਂ ਇਹ ਮੈਂ ਕੋਈ ਡਵਾਈਸ ਨਹੀਂ ਦੇਣ ਡਿਆ ਪਰ ਮੈਂ ਆਪਣੀ ਬੇਸਤਮ ਤੋਂ ਕਹਿਣਾ ਮਾਂ ਕਾਂਗਰਸ ਦੇ ਸਾਹਮਣੇ ਤਾਂ ਕੋਈ ਚੀਜ਼ ਹੀ ਨਹੀਂ ਹੈ ਜੇ ਕਹਾਂ ਕਿ ਜੀ ਕੋਈ ਪੋਲਿਟਿਕਲ ਔਕਾਤ ਹੀ ਨਹੀਂ ਹੈ ਜਿਹੜੀਆਂ ਸਟੇਟਮੈਂਟ ਦੇਣ ਡਿਆ ਵਾ ਕਿਸ ਲੈਵਲ ਤੇ ਸਟੇਟਮੈਂਟ ਦੇਂਡਿਆ ਵੀ ਤੇਰੀ ਕੀ ਸਟਰੈਂਥ ਕੀ ਹੈਗੀ ਹੈ ਸੋ ਆਏ ਪੰਜਾਬ ਨੂੰ ਛੱਡ ਕੇ ਜਿਹਦੇ ਵਿੱਚੋਂ 13 ਉਹ ਹੈਗੇ ਆ ਦਿੱਲੀ ਦਾ ਕੋਈ ਬਹੁਤ ਜ਼ਿਆਦਾ ਉਹ ਨਹੀਂ ਹੈ 10 ਤੇਰੇ ਕੋਈ ਠੀਕ ਉਥੇ ਐਮਪੀ ਹੈਗੀ ਹੋਰ ਤੇਰੀ ਤੇਰੀ ਸਟਰੈਂਥ ਕੀ ਹੈਗੀ ਤੇਰੀ ਪੋਜੀਸ਼ਨ ਕੀ ਹੈਗੀ ਔਰ ਪੰਜਾਬ ਦੇ ਵਿੱਚ ਵੀ ਇਹ ਠੀਕ ਹੈ ਕਿ ਪੰਜਾਬ ਸਰਕਾਰ ਤੇ ਪਪੂਲਰ ਹੋ ਸਕਦੀ ਹੈ ਜਿੱਦਾਂ ਤੁਸੀਂ ਕੋਈ ਲਿਆ ਮੰਤਰੀਆਂ ਦਾ ਨਾਮ ਲਿਆ ਅੱਜ ਕੇਜਰੀਵਾਲ ਨੂੰ ਕਹੋ ਵੀ ਉੱਥੇ ਉਸ ਤਰੀਕੇ ਦੇ ਨਾਲ ਆਪਣਾ ਉੱਥੇ ਪੰਜਾਬ ਦੇ ਲੋਕਾਂ 'ਚ ਬਹਿ ਕੇ ਵਿਖਾ ਲੈ ਤੇ ਹੁਣ ਪੰਜਾਬ ਦੇ ਲੋਕਾਂ ਦੀ ਅੱਖਾਂ ਦਾ ਤਾਰਾ ਨਹੀਂ ਹੈਗਾ ਉਸ ਤਰੀਕੇ ਦੇ ਨਾਲ ਸੋ ਮੇਰਾ ਕਹਿਣ ਤੋਂ ਪਾਪ ਹੈਗਾ ਕਿ ਕੇਜਰੀਵਾਲ ਨੂੰ ਹੁਣ ਪਤਾ ਲੱਗਾ ਕਿ ਧੱਕਾ ਹੋ ਰਿਹਾ ਜਿੱਦ ਦਿਨ ਧੱਕਾ ਜੰਮੂ ਕਸ਼ਮੀਰ ਵਾਲਿਆਂ ਨਾਲ ਹੋਇਆ ਸੀ ਉਦੋਂ ਉਹਦੇ ਸਪੋਰਟ ਕਰਨ ਦੇ ਸੀਗਾ ਸੀਏ ਦੇ ਉੱਤੇ ਸਪੋਰਟ ਕਰਨ ਦੇ ਸੀਗਾ ਹੂੰ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਇਹ ਬਾਅਦ ਆਇਆ ਵਾ ਕਿਉਂਕਿ ਉਹਨੂੰ ਪਤਾ ਲਹੀ ਪਈ ਇਹਦੇ ਵਿੱਚੋਂ ਅਸੀਂ ਪੰਜਾਬ ਦੀ ਰਾਜਨੀਤੀ ਨਿਕਲ ਸਕਦੀ ਆ ਇਹ ਹਰ ਗੱਲ ਦੇ ਉੱਤੇ ਜਿਹੜੀ ਸੀਗੀ ਉਹ ਖਾਸ ਕਰਕੇ ਕਾਰਪੋਰੇਸ਼ਨ ਦੀ ਗੱਲ ਕਰਦਾ ਹੈ ਪ੍ਰਾਈਵੇਟਾਈਜੇਸ਼ਨ ਦੀ ਗੱਲ ਇਹ ਕਰਦਾ ਹੈ ਵਿਚਾਰਧਾਰਾ ਇਹਦੀ ਰਾਈਟ ਵਿੰਗ ਵਿਚਾਰਧਾਰਾ ਹੈ ਤੋਂ ਸਿੱਧੀ ਕਨਟਰਡਿਕਸ਼ਨਸ ਹੈਗੀ ਆ ਸੋ ਇਹ ਹਾਲਾਤਾਂ ਨੇ ਇਹਨੂੰ ਲਾਰਜਰ ਦੈਨ ਸਾਈਜ਼ ਕਰ ਦਿੱਤਾ ਹੁਣ ਇਹ ਜਿੰਨਾ ਲੋਕਾਂ ਨੂੰ ਕਰਪਟ ਕਹਿੰਦਾ ਸੀ ਬਿਹਾਰ ਵਾਲਿਆਂ ਨੂੰ ਮਹਾਰਾਸ਼ਟਰ ਵਾਲਿਆਂ ਨੂੰ ਥੱਲੇ ਵਾਲਿਆਂ ਨੂੰ ਉੱਤੇ ਵਾਲਿਆਂ ਨੂੰ ਇਹ ਉਹਨਾਂ ਕੋ ਜਾ ਰਿਹਾ ਔਰ ਉਥੇ ਜਾ ਕੇ ਆਪਣਾ ਜਿਹੜਾ ਜੋ ਵੀ ਸਟੇਟਮੈਂਟ ਦਿੰਦਾ ਦਿਓ ਸਟੇਟਮੈਂਟ ਦੇਣ ਦਾ ਹੱਕ ਹੈਗਾ। ਤੋਂ ਇਸ ਕਰਕੇ ਬਹੁਤ ਵੱਡੀ ਇਹਨੂੰ ਕਹਿ ਲਿਏ ਕਿ ਪਾਵਰ ਮਰਜ ਹੋਣ ਲੱਗੀ ਹੈ ਮੈਨੂੰ ਨਹੀਂ ਲੱਗਦਾ। ਉਹਦੇ ਕਾਰਨ ਬਹੁਤ ਕਲੀਅਰ ਆ। ਰਿਸੋਰਸਸ ਕਿੱਥੇ ਆ? ਲੈਕਚਰ ਕਿਹਦੇ ਸਿਰ ਤੇ ਲੜਨੀ ਆ? ਦਿੱਲੀ ਵਾਲਿਆਂ ਨੇ ਆਪਣੀ ਟੀਵੇਟ ਐਡ ਕੀਤੀ ਆ। ਹੂੰ ਪੰਜਾਬ ਦੇ ਵਿੱਚ ਸਾਰਾ ਹੋ ਗਿਆ। ਐਨ ਆਰ ਆਈ ਦੇ ਵਿੱਚ ਤੋਏ ਤੋਏ ਹੋ ਗਈ ਇਹਨਾਂ ਦੀ ਆ ਖਾਸ ਕਰਕੇ ਬੀਬੀ ਮਾਨੂੰ ਵਾਲੇ ਕਿਹਦੇ ਕੇਸ ਦੇ ਵਿੱਚ ਇਹ ਤਾਂ ਹੁਣ ਇੱਥੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦਾ ਕੋਈ ਲੀਡਰ ਚੰਗਾ ਇੱਥੇ ਆਜੂਗਾ। ਜਿੱਦਾਂ ਕਿ ਲੋਕੀ ਇਹਨਾਂ ਦੇ ਮਤਲਬ ਪੈਰਾ ਥੱਲੇ ਹੱਥ ਵਿਛਾਉਂਦੇ ਹੁੰਦੇ ਸੀਗੇ ਕਿੰਨੀ ਲੋਕਾਂ ਨੇ ਮਦਦ ਕੀਤੀ ਆ ਪਰ ਇੱਥੇ ਨਹੀਂ ਕਹਿ ਸਕਦੇ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਇੱਥੇ ਦਿਹਾੜੀ ਕਰਨ ਵਾਲੇ ਲੋਕਾਂ ਨੇ ਇਹਨਾਂ ਦੀ ਮਦਦ ਕੀਤੀ ਜਿਨ੍ਹਾਂ ਨੇ ਡੇਲੀ ਵੇਅ ਤੇ ਕੰਮ ਕਰਦੇ ਸੀਗੇ ਹਰ ਕਿਸਮ ਦੀ ਮਦਦ ਕੀਤੀ ਆ ਔਰ ਉਹਦਾ ਇੱਕ ਬਹੁਤ ਵੱਡਾ ਕਾਰਨ ਹੈ ਜਿੱਥੋਂ ਰਿਸੋਰਸਸ ਆ ਇਹਨਾਂ ਦੇ ਕੋਲ ਕਿੱਥੋਂ ਇਹਨਾਂ ਦੀ ਜੇਤੋਂ ਦੇ ਵਿੱਚੋਂ ਆਈ ਸੋ ਇਸ ਕਰਕੇ ਜਿਹੜਾ ਇਹ ਕਾਂਗਰਸ ਇਹ ਜਿਹੜਾ ਉਸ ਤਰੀਕੇ ਦਾ ਜਿਹੜਾ ਸ਼ਰਮਨ ਦੇਣ ਡਿਆ ਵਾ ਉਹ ਕੋਈ ਬਹੁਤ ਜ਼ਿਆਦਾ ਉਹ ਜਿਹੜਾ ਮੈਨੂੰ ਨਹੀਂ ਲੱਗਦਾ ਕਿ ਨਾ ਉਹ ਮੰਨਣਗੇ ਕਲਬੜੀ ਸੀਗਾ ਹਾਂ ਜਿਹੜੇ ਬਾਜਵਾਸ ਜਿਹੜੇ ਜਿੰਨੇ ਵੀ ਕਰਪਟ ਹੈਗੇ ਉਹਨਾਂ ਨੂੰ ਅੰਦਰ ਦੇਈ ਜਾਵੇ ਪੰਜਾਬ ਦੇ ਲੋਕੀ ਖੁਸ਼ ਹੋਣਗੇ ਤੁਸੀਂ ਵੀ ਖੁਸ਼ ਹੋਗੇ ਮੈਂ ਵੀ ਖੁਸ਼ ਹੋਊਂਗਾ ਤੇ ਠੀਕ ਹੈ ਬੰਦੇ ਨੇ ਇਹ ਕੰਮ ਕੀਤਾ ਪੰਜਾਬ ਦੇ ਉੱਤੇ ਫੋਕਸ ਕਰੀ ਜਾਵੇ ਪਰ ਜੇ ਉਹ ਜੋੜੇ ਕਦੀ ਇਦਾਂ ਵੀ ਹੁੰਦਾ ਕਿ ਮੇਰੇ ਖਿਆਲ ਮੈਂ ਸਟੇਟਮੈਂਟ ਪੜ੍ਹੀ ਸੀ ਕਿ ਉਹ ਪੰਜਾਬ ਚ ਇਲੈਕਸ਼ਨਾਂ ਲੜਨ ਕੇ ਨਾਲ-ਨਾਲ ਤਾਂ ਸਾਡਾ ਸਾਥ ਹੋ ਸਕਦਾ ਵਾ ਹੂੰ ਪੰਜਾਬ ਕੋਈ ਪੋਲਿਟਿਕਲ ਪਾਰਟੀ ਮੈਨੇ ਇਨੀ ਇਮੈਚਿਉਰਿਟੀ ਜਿਹੜਾ ਕੋਈ ਰਾਜਨੀਤੀ ਦਾ ਇੱਕ ਬੱਚਾ ਹੈਗਾ ਨਾ 5 ਸਾਲ ਦਾ ਉਹ ਵੀ ਇਹ ਸਟੇਟਮੈਂਟ ਨਹੀਂ ਦੇਊਗਾ ਫੇ ਕਦੀ ਇਦਾਂ ਹੋ ਸਕਦਾ ਇਹਨਾਂ ਹਾਈਪੋਥੈਟিক্যাল ਜਾਂ ਤਾਂ ਬੁਖਲਾੜ ਬਹੁਤ ਜ਼ਿਆਦੀ ਆ ਜਾਂ ਅਗਲੇ ਪਾਸੇ ਹਨੇਰਾ ਦੇਖਣ ਡਿਆ ਜਾਂ ਇਹ ਵੀ ਇੱਕ ਰਿਸੋਰਸ ਚ ਆਉਂਦਾ ਵੀ ਜੇ ਕੱਲ ਨੂੰ ਹੁਣ ਬੀਜੇਪੀ ਵੀ ਇਹਦੀ ਇਹਦੇ ਇਹਦਾ ਗੁਰੂ ਆ ਆਮ ਆਦੀ ਪਾਰਟੀ ਦੀ ਬਾਪ ਹੀ ਆ ਨਾ ਬੀਜੇਪੀ ਜੇ ਕੱਲ ਨੂੰ ਇਹਦੀ ਟਿਬ੍ਰਿਟੇਟ ਕਰਦੇ ਫੜ ਕੇ ਉਹਨਾਂ ਕੋਲ ਬਹੁਤ ਸਾਰੀਆਂ ਏਜੰਸੀ ਆ ਗਈਆਂ ਯੂ ਨੋ ਇੱਕ ਪਾਸੇ ਹਲ ਕਰਦਾ ਤੇ ਮਗਲੇ ਪਾਸੇ ਹੈ ਕੀ ਹੈਗਾ ਸੋ ਮੇਰਾ ਕਹਿਣ ਤੋਂ ਪਾਪ ਹੈਗਾ ਕਿ ਮੈਂ ਉਹ ਗੱਲ ਤੁਹਾਡੀਆਂ ਹੋਰ ਜਿਹੜੇ ਸਵਾਲਾਂ ਨੂੰ ਲਾਂਭੇ ਛੱਡ ਕੇ ਕਿ ਉਹ ਬੀਬੀ ਗਗਨ ਮਾਨ ਉਹਨਾਂ ਨੇ ਕਹਿਤਾ ਪੋਲੀਟੀਕਲ ਮੈਚਿਓਰਿਟੀ ਦੀ ਪ੍ਰੋਬਲਮ ਇਹਨਾਂ ਕੋਲ ਹੈਗੀ ਆ ਇਹਨਾਂ ਦੀ ਲੀਡਰਸ਼ਿਪ ਕੋ ਹੈਗੀ ਆ ਇਹਨਾਂ ਦੇ ਐਮਐਲਏ ਸਾਹਬਾਨ ਬਹੁਤ ਚੁਣੀ ਹੋਏ ਨਮਾਇंदे ਆ ਪਰ ਉਹਨਾਂ 'ਚ ਬਹੁਤ ਸਾਰੇ ਜਿਹੜੇ ਪੋਲੀਟੀਕਲ ਸਾਨੂੰ ਪਹਿਲਾਂ ਲੱਗਦਾ ਸੀਗਾ ਕਿ ਜਿਹੜੇ ਐਕਸਪੀਰੀਐਂਸ ਬੰਦੇ ਨਹੀਂ ਚਾਹੀਦੇ ਕਾਗ ਸਾਨੂੰ ਨਹੀਂ ਚਾਹੀਦੇ ਨਵੇਂ ਬੰਦੇ ਚਾਹੀਦੇ ਆ ਪਰ ਨਵੇਂ ਬੰਦੇ ਆਪਣੀ ਪੋਲੀਟੀਕਲ ਐਕਸਪਰਟਾਈਜ਼ ਤਾਂ ਕਿ ਲੈ ਕੇ ਆਉਣ ਐਮਐਲਏ ਨਹੀਂ ਮਿਲਦੇ ਲੋਕਾਂ ਨੂੰ ਜਿਹੜੇ ਇਹਨਾਂ ਦੇ ਮੰਤਰੀ ਆ ਹੁਣ ਕੁਝ ਲੋਕਾਂ ਦੇ ਫੋਨ ਚੁੱਕਦੇ ਆ ਉਹਨਾਂ ਥਰੂ ਹੀ ਆਪਰੇਟ ਕਰਦੇ ਆ ਜਿੰਨੂੰ ਮਰਜ਼ੀ ਹਟਾ ਦਿਓ ਜਿੰਨੂੰ ਮਰਜ਼ੀ ਰੱਖ ਲਓ ਮਰਜੋ ਚੜਿਓ ਜਿਓ ਚੜਿਓ ਉਹ ਕੰਮ ਹੋ ਗਿਆ ਬਹੁਤਾ ਸਸਟੇਨੇਬਲ ਨਹੀਂ ਹੈ ਇਹ ਪੰਜਾਬ ਦੇ ਵੀ ਹੱਕ 'ਚ ਨਹੀਂ ਆ ਇਹ ਲੋਕਾਂ ਦੇ ਹੱਕ 'ਚ ਵੀ ਨਹੀਂ ਹੈ ਇਹ ਪਾਰਟੀ ਦੇ ਹੱਕ 'ਚ ਨਹੀਂ ਹੈ ਤੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਦਾ ਫਿਊਚਰ ਜੇ ਮੋٹے ਤੌਰ ਤੇ ਦੇਖਿਆ ਜਾਵੇ ਕਿ ਆ 2024 ਦੀਆਂ ਚੋਣਾਂ ਦੇ ਵਿੱਚ ਪਤਾ ਲੱਗ ਜੂਗਾ ਜੇ ਇਹ ਖਿਲਰ ਗਿਆ ਤੇ ਫਿਰ ਇਹ ਝਾੜੂ ਜਿਹੜਾ ਤਿੱਲੇ ਆ ਇਹ ਇਹ ਜਿੱਦਾਂ ਹੀ ਮੈਟਰਿਕ ਰਾਈਜ਼ ਹੋਇਆ ਵਾ ਕਿਸੇ ਵੀ ਚੀਜ਼ ਦਾ ਜਿਹੜਾ ਇੱਕਦਮ ਜਿਹੜੀ ਚੜ੍ਹਾਈ ਹੁੰਦੀ ਆ ਉਹ ਜਦੋਂ ਥਾਂ ਨੂੰ ਜਾਣ ਲੱਗਦੀ ਆ ਅਨਟਿਲ অর ਅਨਲੈਸ ਤੁਸੀਂ ਬਹੁਤ ਪ੍ਰੈਗਮੈਟਿਕ ਹੋ ਤੁਸੀਂ ਬਹੁਤ ਜਿਹੜਾ ਹੈਗਾ ਵਾ ਸੀਰੀਅਸ ਹੋ ਮੈਚਿਓਰ ਹੋ ਗੱਲਾਂ ਬਾਤਾਂ ਤੋਂ ਹੁਣ ਆਪਾਂ ਵੀ ਬਹੁਤ ਕਰ ਲੈਨੇ ਆ ਜਿੰਨਾ ਚ ਪੰਜਾਬ ਦੇ ਮਸਲੇ ਢਾਂਚਾ ਕਤ ਮਸਲੇ ਆ ਇਕਨੋਮਿਕ ਕ੍ਰਾਈਸਿਸ ਨੂੰ ਸਮਝਣ ਵਾਸਤੇ ਇਹਨਾਂ ਕੋ ਪੰਜਾਬ ਹਤੈਸੀ ਜਿਹੜੇ ਖਾਸ ਕਰਕੇ ਥ੍ਰੈਟਿਕਲੀ ਬਹੁਤ ਉਹ ਹੈਗੇ ਆ ਤਾਕਤ ਦੇ ਵਿੱਚ ਆ ਕੇ ਤਾਂ ਸੁਖਿੰਦਰ ਜੀ ਤੁਹਾਨੂੰ ਵੀ ਪ੍ਰਧਾਨ ਮੰਤਰੀ ਬਣਾ ਦਈਏ ਤੁਸੀਂ ਵੀ ਕਮੈਂਟ ਚ ਲਾਓ ਤੁਸੀਂ ਵੀ ਸਿਆਣੇ ਬਣ ਜਾਓਗੇ ਮੋਕ ਮੰਤਰੀ ਬਣਾ ਦਿਓ ਤੁਹਾਨੂੰ ਪਰ ਜਿਹੜੀ ਢਾਂਚਾ ਗੱਲ ਸਮੱਸਿਆ ਨੂੰ ਸਮਝਣ ਲਈ ਜਿਹੜਾ ਤੁਹ ਆਪਣਾ ਮਾਈਂਡ ਆਪਣਾ ਨੌਲੇਜ ਆਪਣੀ ਵਿਜ਼ਡਮ ਆਪਣੀ ਲੀਡਰਸ਼ਿਪ ਪ੍ਰੋਵਾਈਡ ਕਰਨੀ ਲੋਕਾਂ ਨੂੰ ਉਹ ਪਾਰਟ ਮਿਸਿੰਗ ਆ ਹਰ ਪਾਸੇ ਮਿਸਿੰਗ ਆ ਬਾਕੀ ਤਾਂ ਬਿਊਰੋਕ੍ਰੇਸੀ ਕੰਮ ਚਲਾਈ ਜਾਂਦੀ ਆ ਉਹ ਫੇਰ ਚੱਲੀ ਜਾਣਾ ਵਾ 5 ਸਾਲ ਉਹ ਵੀ ਪੂਰੇ ਹੋ ਜਾਣੇ ਆ ਬਿਊਰੋਕ੍ਰੇਸੀ ਚਲਾਈ ਵੀ ਜਾਂਦੀ ਆ ਤੇ ਉਲਝਾਈ ਵੀ ਜਾਂਦੀ ਆ ਰੂਸ ਵਾਲੇ ਤੇ ਥੋੜੀ ਜਿਹੀ ਟਿੱਪਣੀ ਕਰਿਓ ਕਿ ਜਿਹੜਾ ਉੱਤੇ ਫੌਜ ਨੇ ਤਖਤਾ ਪਲਟ ਕੀਤਾ ਨਾਟੋ ਦੇਖੋ ਇਹ ਤਾਂ ਗੱਲ ਹੈਗੀ ਆ ਕਿ ਯੂਕਰੇਨ ਤੇ ਰੂਸ ਦੀ ਲੜਾਈ ਅਨ ਈਵਨ ਹੈਗੀ ਆ ਯੂਕਰੇਨ ਦੀ ਲੜਾਈ ਜਿਹੜੀ ਹੈਗੀ ਆ ਉਹ ਜਿਹੜੀਆਂ ਖਾਸ ਕਰਕੇ ਨਾਟੋ ਫੋਰਸਸ ਲਾ ਲਓ ਯੂਰੋਪੀਅਨ ਯੂਨੀਅਨ ਵਾਲੇ ਜਾਂ ਦੂਹਰੇ ਤੀਹਰੇ ਜਿਹੜੇ ਉਹ ਉਹਦੇ ਵਿੱਚੋਂ ਲੜ ਰਹੇ ਆ ਇਹ ਜਿਹੜੇ ਜਿਹੜਾ ਵੈਗਨਰ ਸੀ ਗਰੁੱਪ ਜਿਹੜਾ ਹੈਗਾ ਸੀਗਾ ਉਹਦੇ ਵਿੱਚੋਂ ਉਹਨਾਂ ਨੇ ਕੀਤਾ ਪਰ ਉਹ ਕ੍ਰਸ਼ ਕਰ ਦੇਣਗੇ ਬਹੁਤ ਬੁਰੀ ਤਰ੍ਹਾਂ ਕ੍ਰਸ਼ ਕਰੂਗਾ ਉਹ ਬਹੁਤ ਲੰਮਾ ਸਮਾਂ ਉਹ ਠੀਕ ਆ ਵਿੱਚੋਂ ਜਿਹੜੇ ਉਹ ਹੁੰਦੇ ਕਿ ਅੰਦਰ ਜੇਲ੍ਹ ਦੇ ਵਿੱਚ ਬੰਦ ਜਿਹੜੇ ਬਦਮਾਸ਼ ਤੁਸੀਂ ਕਿਹ ਫੇਰੀ ਦੁਹਰਿਆਰੀ ਵਰਦਿਓ ਤੁਹਾਡੇ ਗੱਲ ਪੈਣਾ ਸ਼ੁਰੂ ਕਰ ਦਿੰਦੇ ਹੋ ਉਹਦੇ ਮਗਰਲੇ ਪਾਸੇ ਕੀ ਕਾਰਨ ਹੈਗਾ ਇਹ ਬਹੁਤ ਸਾਰੀ ਇੱਕ ਇੱਕ ਇਸ ਵਧੀਆ ਇੱਕ ਐਫਰਟ ਹੈ ਕਿ ਇਹਨੂੰ ਕਿਸੇ ਤਰੀਕੇ ਨਾਲ ਰੂਸ ਨੂੰ ਜਿਹੜਾ ਹੈਗਾ ਵਾ ਉਹ ਬੈਕਟ੍ਰੈਕ ਦੇ ਵਿੱਚ ਲਿਆਂਦਾ ਜਾਵੇ ਪਰ ਜਿਹੜੀ ਸਟੇਟਮੈਂਟ ਹੁਣੇ ਪੂਤਨ ਦੀ ਆਈ ਆ ਤੇ ਉਹਨਾਂ ਨੇ ਵੀ ਸ਼ਾਇਦ ਵਿਡਰੋ ਕਰਨਾ ਸ਼ੁਰੂ ਕਰ ਦਿੱਤਾ ਰੀਸੈਂਟਲੀ ਕਿਉਂਕਿ ਬਲੱਡ ਸ਼ੈੱਟ ਬਹੁਤ ਹੈਵੀ ਹੋਊਗਾ ਰਸ਼ੀਆ ਦੇ ਕੋਲ ਬਹੁਤ ਕੁਵਰਸ ਪਾਵਰ ਹੈ ਇਹ ਗੱਲ ਠੀਕ ਹੈਗੀ ਆ ਕਿ ਜਿਹੜਾ ਐਬਸੋਲਿਊਟਿਜ਼ਮ ਕੋਈ ਵੀ ਹੁੰਦਾ ਵਾ ਉੱਥੇ ਲੰਮਾ ਸਮਾਂ ਸਟੇਬਿਲਿਟੀ ਨਹੀਂ ਰਹਿੰਦੀ ਉਹਦੇ ਵਿੱਚ ਲੰਮਾ ਸਮਾਂ ਜਿੱਥੇ ਅਥੋਰਿਟੇਰੀਅਨਿਜ਼ਮ ਹੁੰਦਾ ਵਾ ਤੁਸੀਂ ਬਹੁਤ ਲੰਮਾ ਸਮਾਂ ਨਹੀਂ ਚੱਲ ਸਕਦੇ ਸੋਵੀਅਤ ਰੂਸ ਵੀ ਤੇ ਟੁੱਟ ਗਿਆ ਚਾਈਨਾ ਨੇ ਆਪਣੇ ਆਪ ਨੂੰ ਹੋਰ ਤਰੀਕੇ ਨਾਲ ਰੀਸਟਰਕਚਰ ਕਰ ਲਿਆ ਤਾਂ ਇਹ ਜਿਹੜਾ ਖਾਸ ਕਰਕੇ ਰੂਸ ਦਾ ਐਕਸਪੈਰੀਮੈਂਟ ਹੈਗਾ ਇਹ ਤੋਂ ਬਹੁਤ ਸਾਰੇ ਦੇਸ਼ਾਂ ਨੂੰ ਸਬਕ ਸਿੱਖਣ ਦੀ ਲੋੜ ਹੈ ਕਿ ਜਿਹੜੀ ਐਬਸੋਲਿਊਟ ਪਾਵਰ ਜਿਹੜੀ ਹੁੰਦੀ ਆ ਇਹ ਉਸ ਅਬਸੋਲਿਊਟ ਪਾਵਰ ਦੇ ਵਿੱਚੋਂ ਜਦੋਂ ਤੁਸੀਂ ਕੁਝ ਜਿਹੜੇ ਇਸ ਕਿਸਮ ਦੇ 엘ਿਮੈਂਟ ਹੈਗੇ ਉਹਨਾਂ ਨੂੰ ਇਕੱਠਿਆਂ ਕਰਕੇ ਦੂਸਰੇ ਦੇ ਖਿਲਾਫ ਯੂਜ਼ ਕਰਦੇ ਹੋ ਤੇ ਉਹ ਫਿਰ ਕਈ ਵਾਰੀ ਬੈਕਫਾਇਰ ਕਰਦੇ ਆ ਇਹੀ ਜਿਹੜਾ ਹੈਗਾ ਖਾਸ ਕਰਕੇ ਰੂਸ ਦੇ ਵਿੱਚ ਹੋਇਆ ਹੈ ਤੇ ਪਰ ਅਲਟੀਮੇਟਲੀ ਰੂਸ ਜਿਹੜਾ ਹੈਗਾ ਉਹ ਹੈ ਤਾਂ ਹੀ ਕਦੇ ਉਹਨਾਂ ਨੂੰ ਇੰਗੇਜ ਕਰੋ ਇੰਟਰਨਲ ਜਦੋਂ ਲੜਾਈ ਪੈਂਦੀ ਆ ਫਿਰ ਤਾਂ ਬਾਹਰ ਨਾ ਲੜਨਾ ਉਕਾ ਹੋ ਜਾਂਦਾ ਪਰ ਉਹ ਜਿਹੜਾ ਗਰੁੱਪ ਹੈਗਾ ਵੈਗਨਰ ਗਰੁੱਪ ਹੈਗਾ ਉਹ ਇੰਨਾ ਪਾਵਰਫੁਲ ਨਹੀਂ ਹੈ ਕਿਆ ਸਟੇਟ ਦੀ ਤਾਕਤ ਹਾਂ ਇਹ ਠੀਕ ਹੈ ਕਿ ਫਰਦਰ ਟਾਈਮ ਬੀਇੰਗ ਯੂਕਰੇਨ ਵਾਲੇ ਪਾਸੇ ਤੋਂ ਹਟੂਗਾ ਤੇ ਨਹੀਂ ਪਰ ਕੁਝ ਪਾਸੇ ਸਪੈਸੀਫਿਕਲ ਹੋ ਸਕਦਾ ਕਿ ਲੱਗਦਾ ਹੋਗਾ ਇਹਦੇ ਨਾਲ ਇੰਟਰਨਲ ਅਨਰੈਸਟ ਹੋਵੇ ਕਿ ਪੂਤਨਦਾਰ ਜੀਮ ਵੀ ਜਿਹੜਾ ਹੈਗਾ ਵਾ ਉਹ ਆਥਾਰਟੀਰੀਅਨ ਰਜਿਮ ਹੈਗਾ ਉਹਦੇ ਵਿੱਚ ਵੀ ਜਿਹੜਾ ਖਾਸ ਕਰਕੇ ਜਿਹੜਾ ਆਪਣਾ ਕੋਈ ਬਹੁਤ ਜ਼ਿਆਦਾ ਲੰਮੇ ਸਮੇਂ ਤੱਕ ਲੋਕਾਂ ਦੇ ਪ੍ਰਤੀ ਜਿਹੜਾ ਹੈਗਾ ਵਾ ਉਹਦੀ ਬਹੁਤ ਉਹ ਉਹ ਸਿੰਪਥੀ ਨਹੀਂ ਰਹਿੰਦੀ ਉਹਦੇ ਵਿੱਚ ਪਰ ਆਲਟੀਮੇਟਲੀ ਹੋਣਾ ਹੈ ਬਲੱਡ ਸ਼ੈੱਡ ਵਧੂਗਾ ਰੂਸੀ ਮਾਰਨਗੇ ਇਹ ਕੁਝ ਇਹ ਉਹਨਾਂ ਨੂੰ ਮਾਰਨਗੇ ਕੋਈ ਸਰਕਾਰ ਮਾਰੂਗੀ ਆਲਟੀਮੇਟਲੀ ਜਿਹੜਾ ਨੁਕਸਾਨ ਹੋਊਗਾ ਉਹ ਰਸ਼ੀਆ ਦਾ ਹੋਊਗਾ ਪਰ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਣਾ ਕਿ ਯੂਕਰੇਨ ਦੀ ਲੜਾਈ ਦੇ ਉੱਤੇ ਬਹੁਤ ਵੱਡਾ ਅਸਰ ਪੈ ਜਾਵੇ ਪਰ ਆਲਟੀਮੇਟਲੀ ਇਹ ਜਿਹੜਾ ਹੈਗਾ ਇੱਕ ਸਟੇਲਮੈਂਟ ਦੀ ਹੋ ਜਾਣੀ ਆ ਕਿਸੇ ਪਾਸੇ ਲੜਾਈ ਲੱਗਣੀ ਨਹੀਂ ਹੈ ਯੂਕਰੇਨ ਦਾ ਵੀ ਨੁਕਸਾਨ ਹੋ ਰਿਹਾ ਰੂਸ ਦਾ ਵੀ ਹੋ ਰਿਹਾ ਵਾ ਇਹ ਦੁਨੀਆ ਦਾ ਵੀ ਹੋ ਰਿਹਾ ਕਿਉਂਕਿ ਯੂਕਰੇਨ ਦੇ ਵਿੱਚੋਂ ਬਹੁਤ ਸਾਰੀ ਕਣਕ ਜਿਹੜੀ ਸੀਗੀ ਜਾਂ ਫੂਡ ਗ੍ਰੇਨ ਜਿਹੜੇ ਬਾਹਰ ਜਾਂਦੇ ਸੀਗੇ ਉਹ ਘਟ ਗਏ ਆ ਜਿਹੜੀ ਤੁਹਾਡੀਆਂ ਈਟੇਬਲ ਦੀਆਂ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਬਹੁਤ ਵਧ ਗਈਆਂ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਦੇਸ਼ਾਂ ਦੇ ਵਿੱਚ ਹੀ ਜਾ ਕੇ ਜਿਹੜਾ ਨਾ ਇਹਦਾ ਐਡਵਰਸ ਇਫੈਕਟ ਜਿਹੜਾ ਵਾ ਲੋਕਾਂ ਦੀ ਲਾਈਫ ਦੇ ਉੱਤੇ ਲੋਕਾਂ ਦੀ ਲਾਈਵਲੀਹੂਡ ਦੇ ਉੱਤੇ ਜਾਂ ਲੋਕਾਂ ਦਾ ਜਿਹੜਾ ਹੈਗਾ ਇਹ ਸਾਰੇ ਦੇ ਉੱਤੇ ਪੈ ਰਿਹਾ ਮੈਂ ਮੈਂ ਜਾਂਦੇ ਜਾਂਦੇ ਇੱਕ ਆਖਰੀ ਆਪਣੀ ਟਿੱਪਣੀ ਲਵਾਂਗਾ ਇਹਦੇ ਤੇ ਆਪਣਾ ਸਮਾਂ ਬਹੁਤ ਹੋ ਗਿਆ ਪਰ ਇਹ ਜ਼ਰੂਰੀ ਹੈ ਕੈਨੇਡਾ ਦੇ ਵਿੱਚ ਜਿਹੜਾ ਸਟੂਡੈਂਟਸ ਦਾ ਹਾਲ ਹੈ ਮੈਂ ਕਿਤੇ ਪੜ ਰਿਹਾ ਸੀਗਾ ਕਈ ਲੋਕ ਇਹੋ ਜੀ ਸਲਾਹ ਦੇ ਦਿੰਦੇ ਨੇ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿਵੇਂ ਭਾਰਤ ਸਰਕਾਰ ਨੇ ਆਪਣੀਆਂ ਐਮਬੈਸੀਆਂ ਬਣਾਈਆਂ ਬਾਕੀ-ਬਾਕੀ ਮੁਲਕਾਂ 'ਚ ਪੰਜਾਬ ਸਰਕਾਰ ਵੀ ਆਪਣਾ ਇੱਕ ਉੱਥੇ ਪੰਜਾਬ ਦੇ ਨੌਜਵਾਨਾਂ ਨੂੰ ਸੰਭਲ ਲਈ ਜਾਂ ਲੜਕੇ-ਲੜਕੀਆਂ ਜਿਹੜੇ ਜਾਂਦੇ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੇ ਲਈ ਉੱਥੇ ਇੱਕ ਦਫ਼ਤਰ ਬਣਾਵੇ ਉੱਥੇ ਪਹੁੰਚ ਕਰੇ ਬ੍ਰਿਜੇਸ਼ ਮਿਸ਼ਰਾ ਦਾ ਇੱਥੋਂ ਨਿਕਲਣਾ ਤੇ ਕੈਨੇਡਾ 'ਚ ਪੜਿਆ ਜਾਣਾ ਉਹ ਵੀ ਬਹੁਤ سارے ਸਵਾਲ ਕੈਨੇਡਾ ਦੇ ਵਿੱਚੋਂ ਇਹ ਸਭ ਨੂੰ ਲੈ ਕੇ ਸਰਕਾਰ ਦੀ ਕਿਰਕ੍ਰਿਤਾ ਹੋ ਹੀ ਰਹੀ ਹੈ ਕਿ ਜੋ ਕੁਝ ਪੰਜਾਬ 'ਚ ਵਾਪਰ ਰਿਹਾ ਪਰ ਇਹ ਮਸਲਾ ਬਹੁਤ ਅਹਿਮ ਹੋ ਜਾਂਦਾ ਪੰਜਾਬ ਦੇ ਭਵਿੱਖ ਨੂੰ ਲੈ ਕੇ ਪੰਜਾਬ ਦੀ ਜਵਾਨੀ ਨੂੰ ਲੈ ਕੇ ਐ ਸੁਖਿੰਦਰ ਜੀ ਇਹ ਬਹੁਤ ਪੁਰਾਣਾ ਚੱਲੀ ਆਉਂਦਾ ਇਹ ਲੰਮੇ ਸਮੇਂ ਤੋਂ ਚੱਲ ਜੰਦਾ ਸੀਗਾ ਹਿਊਮਨ ਇਹ ਪੰਜਾਬ ਸਰਕਾਰ ਇੱਥੇ ਆਪਣੇ ਇੰਡੀਪੈਂਡੈਂਟ ਤੌਰ ਤੇ ਕੁਝ ਨਹੀਂ ਖੋਲ ਸਕਦੀ ਪੰਜਾਬ ਸਰਕਾਰ ਇੱਕ ਕੰਮ ਕਰ ਸਕਦੀ ਮੈਂ ਅੱਗੇ ਵੀ ਕਨੇਡਾ ਨੂੰ ਕਿਹਾ ਸੀਗਾ ਪੰਜਾਬ ਸਰਕਾਰ ਨੂੰ ਇੱਕ ਮਾਈਗ੍ਰੇਸ਼ਨ ਕਮਿਸ਼ਨ ਪੰਜਾਬ ਦੇ ਵਿੱਚ ਬਣਾਉਣ ਦੀ ਲੋੜ ਹੈ ਉਹ ਮਾਈਗ੍ਰੇਸ਼ਨ ਕਮਿਸ਼ਨ ਜਿਹੜਾ ਹੈਗਾ ਵਾ ਖਾਸ ਕਰਕੇ ਆਪਾਂ ਸਾਰੇ ਕਨਸਰਨਡ ਹੈਗੇ ਕਿ ਕਿਉਂ ਇੰਨੀ ਇਨਵੌਲੰਟਰੀ ਮਾਈਗ੍ਰੇਸ਼ਨ ਹੋ ਰਹੀ ਆ ਉਹਦੇ ਕਾਰਨ ਲੱਭੇ ਔਰ ਉਸ ਮਾਈਗ੍ਰੇਸ਼ਨ ਕਮਿਸ਼ਨ ਕੋਈ ਇਨਾ ਕਨਸਟੀਟਿਊਸ਼ਨਲ ਨੂੰ ਰਾਈਟ ਦਿੱਤੀਆਂ ਕਿ ਜੇ ਵੀ ਸਟੂਡੈਂਟ ਨੇ ਬਾਹਰ ਜਾਣਾ ਵਾ ਉਹਦੀ ਰਜਿਸਟ੍ਰੇਸ਼ਨ ਉੱਥੇ ਹੋਵੇ ਔਰ ਜੇ ਵੀ ਸਟੂਡੈਂਟ ਕਿਸ ਏਜੰਸੀ ਥਰੂ ਹੋ ਰਿਹਾ ਵਾ ਉਹਦੀ ਰਜਿਸਟ੍ਰੇਸ਼ਨ ਉੱਥੇ ਹੋਵੇ ਇਹ ਠੀਕ ਆ ਕਿ ਸਰਕਾਰ ਕੋਲ ਮਲਟੀਪਲ ਜਿਹੜੀਆਂ ਹੈਗੀਆਂ ਇਸ ਕਿਸਮ ਦੇ ਕੰਮ ਹੈਗੇ ਆ ਸਰਕਾਰਾਂ ਦੇ ਕੰਮ ਵੀ ਇਦਾਂ ਦੇ ਆ ਬਿਊਰੋਕ੍ਰੇਸੀ ਦੇ ਕੰਮ ਵੀ ਇਦਾਂ ਦੇ ਆ ਇਹ ਬੰਦਾ ਨਜਾਇਜ਼ ਹੀ ਸ ਇਹ ਜਿਹੜਾ ਉਹ ਕੰਮ ਕਰ ਸਕਦੀ ਹੈ ਕਿ ਇਸ ਕਿਸਮ ਦਾ ਕਮਿਸ਼ਨਰ ਬਣਾ ਕੇ ਦੋ ਮੈਂਬਰੀ ਬਣਾ ਦੇ ਤਿੰਨ ਮੈਂਬਰੀ ਕਮਿਸ਼ਨ ਬਣਾ ਦੇ ਉਹ ਰੈਗੂਲੇਟਰੀ ਬਾਡੀ ਹੋ ਜਵੇ ਕਿ ਕਿਹੜੇ ਲੋਕ ਬਾਹਰ ਜਾ ਰਹੇ ਆ ਵਾਕਿਆ ਉਹ ਜੈਨੂਇਨ ਸਟੂਡੈਂਟ ਜਾ ਰਹੇ ਆ ਜਾਂ ਉਹ ਜੈਨੂਇਨ ਨਹੀਂ ਹੈਗੇ ਜਾਂ ਉਹਨਾਂ ਜਿਹੜੇ ਉਹਨਾਂ ਨੂੰ ਭੇਜਦੇ ਹੈਗੇ ਆ ਉਹਨਾਂ ਦੀ ਕ੍ਰੈਡੀਬਿਲਟੀ ਕੀ ਹੈਗੀ ਆ ਉਹਨਾਂ ਦੇ ਕੰਟੈਂਸ਼ਨਸ ਕੀ ਹੈਗੇ ਆ ਇਹ ਇੱਕ ਮੈਕੈਨਿਜ਼ਮ ਅਵਾਲਪ ਕਰਕੇ ਪੰਜਾਬ ਸਰਕਾਰ ਜਿਸ ਕਿਸਮ ਦਾ ਧੋਖਾ ਜਾਂ ਜਿਸ ਕਿਸਮ ਦਾ ਧਰੋ ਇਹਨਾਂ ਬੱਚਿਆਂ ਦੇ ਨਾਲ ਹੋਇਆ ਉਹਨਾਂ ਦਾ ਮਸਲਾ ਜੇ ਹੱਲ ਨਹੀਂ ਹੋਇਆ ਬਜੇਸ ਫੜਿਆ ਗਿਆ ਕਿ ਅਜਿਥੋਂ ਮਿਸ਼ਰਾ ਕੈਨੇਡਾ ਜੀ ਐਂਟਰ ਕਰਦਾ ਫੜਿਆ ਗਿਆ ਵਾ ਫੜਿਆ ਗਿਆ ਜਾਂ ਉਹ ਆਪ ਜਾ ਕੇ ਪੇਸ਼ ਹੋਇਆ ਸ਼ਾਇਦ ਨੂੰ ਲੱਗਦਾ ਹੋਊ ਕਿ ਮੈਂ ਉੱਥੇ ਫੜਿਆ ਜਾਂਦਾ ਹੋਰ ਹੁੰਦਾ ਇੱਥੇ ਕੇਸ ਲੰਬੇ ਹੁੰਦੇ ਉਹਦੇ ਵਿੱਚੋਂ ਕਰਕੇ ਇਹ ਹੁਣ ਦੇਖਣਗੇ ਇਹ ਗੱਲ ਇੱਥੇ ਵੀ ਜਦੋਂ ਲੋਕਾਂ ਨਾਲ ਗੱਲ ਕਰੀਦੀ ਆ ਕਿ ਦੋਨੋਂ ਪਾਸੇ ਹੋ ਜਾਂਦਾ ਵੀ ਇਹ ਵਿਦਿਆਰਥੀ ਆਏ ਸੀਗੇ ਉਹਨਾਂ ਚੋਂ ਜਦੋਂ ਉਹਨਾਂ ਨੂੰ ਕਿਤੇ ਐਡਮਿਸ਼ਨ ਹੋਰ ਮਿਲਿਆ ਸੀ ਇੱਥੇ ਲੋਕੀ ਬਹਿਸ ਕਰਦੇ ਆ ਕਿ ਐਡਮਿਸ਼ਨ ਉੱਥੇ ਹੋਰ ਮਿਲਿਆ ਸੀਗਾ ਦੂਸਰੇ ਕਾਲਜ ਕਿਦਾਂ ਚੱਲੇਗੇ ਇਨਫਾਰਮ ਕਰਨਾ ਚਾਹੀਦਾ ਬਹੁਤ ਸਾਰੀਆਂ ਗੱਲਾਂ ਹੈਗੀਆਂ ਪਰ ਇਹ ਗੱਲਾ ਹੁਣ ਕਿਉਂਕਿ ਇੱਥੇ ਅਜੇ ਵੀ ਕੈਨੇਡਾ ਸਰਕਾਰ ਨੇ ਕਿਹਾ ਵੀ ਅਸੀਂ ਕੱਲੇ-ਕੱਲੇ ਦਾ ਕੇਸ ਜਿਹੜਾ ਰਿਵਿਊ ਕਰਾਂਗੇ ਜੇ ਉਸ ਕੇਸ ਦੇ ਵਿੱਚ ਉਹਨਾਂ ਨੂੰ ਥੋੜੀ ਜਿਹੀ ਵੀ ਖਾਮੀ ਮਿਲੀ ਬਾਈ ਚਾਂਸ ਕਈ ਵਾਰੀ ਕੋ ਕਾਗਜ਼ਾ ਪਤਰਾ ਦੀ ਹੁੰਦੀ ਆ ਤੇ ਫਿਰ ਉਹਨਾਂ ਬੱਚਿਆਂ ਲਈ ਸਮੱਸਿਆ ਆਉਂਦੀ ਰਹੂਗੀ ਤਾਂ ਇਸ ਕਰਕੇ ਪੰਜਾਬ ਸਰਕਾਰ ਨੂੰ ਅਨਿਸ਼ਚਿਤ ਬਿਗਨਿੰਗ ਦੇ ਵਿੱਚ ਹੁਣੇ ਇਸ ਕਿਸਮ ਦਾ ਢਾਂਚਾ ਉੱਥੇ ਪੰਜਾਬ 'ਚ ਬਣਾ ਲੈਣ ਕਿ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਪਰੇਸ਼ਾਨੀ ਨਾ ਆਵੇ ਔਰ ਜੇ ਉਹ ਜਾਂਦੇ ਆ ਪੇਰੈਂਟਸ ਨੂੰ ਵੀ ਪਤਾ ਹੋਵੇ ਕਿ ਇਹ ਸਾਡਾ ਬੱਚਾ ਜਿਹੜਾ ਜੈਨੂਅਲ ਇਹਦੇ ਥਰੂ ਗਿਆ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਤਾਂ ਆਪਾਂ ਦੇਖਦੇ ਆ ਨਾ ਕਿ ਜਿਹੜਾ ਜਿਹੜੇ ਕੰਮਕਾਰ ਹੁਣ ਤੁਸੀਂ ਦੇਖੋ ਕਾਲਜਾਂ ਯੂਨੀਵਰਸਟੀਆਂ ਦੇ ਵਿੱਚ ਬੱਚੇ ਘਟ ਪੜਦੇ ਆ ਤੇ ਜਿਹੜੇ ਇਹਨਾਂ ਦੇ ਸੈਂਟਰ ਖੁੱਲੇ ਆ ਅਥਰਾਇਜ਼ਡ ਅਨਅਥਰਾਇਜ਼ਡ ਜਿਹੜੇ ਹੈਗੇ ਆ ਉਹ ਜਾਦੇ ਖੁੱਲੇ ਕਿਉਂਕਿ ਰੂਲਸ ਰੈਗੂਲੇਸ਼ਨ ਨਹੀਂ ਹੈਗੇ ਬਹੁਤ ਲੂਸ ਸਿਸਟਮ ਹੈਗਾ ਉਹਦੇ ਲੂਸ ਸਿਸਟਮ ਦਾ ਇੱਕੋ ਕਾਰਨ ਆ ਕਿ ਸਾਡੇ ਜਿਹੜੇ ਇਸ ਕਿਸਮ ਦੇ ਲੀਡਰ ਵਾਜ ਐਮ ਐਲ اے ਸੀ ਜਾਂ ਬਿਊਰੋਕ੍ਰੇਸੀ ਹੈਗੀ ਆ ਜਾਂ ਦੂਸਰੇ ਲੋਕਾਂ ਇਹਨਾਂ ਦੇ ਵੈਸਟਰਨ ਇੰਟਰਸਟ ਹੈਗੇ ਆ ਹੂੰ ਬਿਜ਼ਨਸ ਇਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਦੀ ਭਾਈਵਾਲੀ ਨਾਲ ਚੱਲਦੇ ਆ ਤੇ ਕਾਨੂੰਨ ਪੂਰਾ ਲਾਗੂ ਨਹੀਂ ਹੁੰਦਾ ਤਾਂ ਕੁਝ ਨਾ ਕੁਝ ਜਿਹੜਾ ਹੈਗਾ ਵਾ ਉਹ ਇੱਥੇ ਹੋ ਸਕਦਾ ਮੁਸ਼ਕਲ ਇੱਥੇ ਜ਼ਰੂਰ ਹੈਗੀ ਆ ਇਹ ਇੰਨਾ ਸੌਖਾ ਕੰਮ ਨਹੀਂ ਹੈ ਕਿ ਇਹ ਸਾਰਾ ਕੁਝ ਦੱਸਣਾ ਚਾਹੀਦਾ ਵੀ ਜਿਹੜੇ ਬੱਚੇ ਆਉਂਦੇ ਆ ਉਹਨਾਂ ਦੀ ਉੱਥੇ ਇਹੀ ਮਾਈਗ੍ਰੇਸ਼ਨ ਕਮਿਸ਼ਨ 15 ਦਿਨ ਦੀ ਵਰਕਸ਼ਾਪ ਉੱਥੇ ਲਾਦੇ ਆ ਤੁਹਾਨੂੰ ਬਹੁਤ ਸਾਰੇ ਲੋਕ ਮਿਲ ਜਾਣਗੇ ਤੇ ਭਾਈ ਤੁਹਾਨੂੰ ਆਹ ਕੰਮ ਕਰਨਾ ਪੈਣਾ ਆਹ ਸਮੱਸਿਆ ਆ ਸਕਦੀਆਂ ਵਾ ਇਸ ਤਰੀਕੇ ਨਾਲ ਹੋ ਸਕਦਾ ਫਿਰ ਪੰਜਾਬ ਗਵਰਨਮੈਂਟ ਜਿਹੜੀ ਹੈ ਇੱਕ ਚੰਗਾ ਰੋਲ ਇਸ ਮਸਲੇ ਨੂੰ ਫਿਊਚਰ ਦੇ ਵਿੱਚ ਨਿਜਠਣ ਵਾਸਤੇ ਜਿਹੜਾ ਉਹ ਅਦਾ ਕਰ ਸਕਦੀ ਹੈ। ਸ਼ੁਕਰੀਆ ਪ੍ਰੋਫੈਸਰ ਜਤਨਵਾਦ ਤੁਹਾਡਾ। ਥੈਂਕ ਯੂ।